ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਰ ਸੱਚੇ ਪਾਸ਼ਾ ਜੀ ਦੇ ਪਾਵਨ ਪਵਿੱਤਰ ਸ਼ਰਨ ਦੇ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਸਾ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਮहिमा ਗੁਰੂ ਦੀ ਵਡਿਆਈ ਗੁਰਮੁਖ ਪਿਆਰਿਆਂ ਦੀ ਰਸਨਾ ਦੇ ਪਾਸੋਂ ਅਮਰਤ ਮਈ ਕੀਰਤਨ ਦੇ ਦੁਆਰਾ ਤੁਸੀਂ ਸਰਵਣ ਕਰ ਰਹੇ ਸੀ ਕਿ ਜਦੋਂ ਵੱਡੇ ਭਾਗਾਂ ਦੇ ਨਾਲ ਪੂਰਬਲੇ ਕਰਮ ਅੰਕੁਰ ਪ੍ਰਗਟ ਹੁੰਦੇ ਨੇ ਪੂਰੇ ਗੁਰੂ ਦਾ ਮਲਾਬ ਬਖਸ਼ਿਸ਼ ਹੁੰਦਾ ਹੈ ਪੂਰੇ ਗੁਰੂ ਦੀ ਸੰਗਤ ਬਖਸ਼ਿਸ਼ ਹੁੰਦੀ ਹੈ ਐਸਾ ਗੁਰ ਵੱਡ ਭਾਗੀ ਪਾਇਆ ਤੇ ਜਦੋਂ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਬਖਸ਼ਿਸ਼ ਮਿਲਦੀ ਹੈ ਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਤਾਂ ਗੁਰੂ ਫਿਰ ਸਾਨੂੰ ਉਸ ਰਸਤੇ ਦੇ ਉੱਪਰ ਤੋਰਦਾ ਜਿਸ ਨੂੰ ਗੁਰਬਾਣੀ ਦੇ ਵਿੱਚ ਲਿਬ ਦਾ ਰਸਤਾ ਕਿਹਾ ਹੋਇਆ ਹੈ ਭੁੱਲੇ ਮਾਰਗ ਜਿਨਹ ਬਤਾਇਆ ਅਸੀਂ ਕਿਹੜਾ ਮਾਰਗ ਭੁੱਲੇ ਹੋਏ ਹਾਂ ਜਿਸ ਨੂੰ ਗੁਰਬਾਣੀ ਦੇ ਵਿੱਚ ਲਿਬ ਦਾ ਰਸਤਾ ਕਹਿੰਦੇ ਨੇ ਲਿਬ ਦਾ ਰਸਤਾ ਉਹ ਰਸਤਾ ਹੈ ਜਿਸ ਰਸਤੇ ਤੇ ਚੱਲ ਕੇ ਸਾਡੇ ਜਿਹੜੇ ਸੁਰਤ ਹੈ ਇਹਨੇ ਆਪਣੇ ਨਿੱਜ ਘਰ ਦੇ ਵਿੱਚ ਫਿਰ ਘਰ ਦੇ ਵਿੱਚ ਦਸਵੇਂ ਦਵਾਰ ਦੇ ਵਿੱਚ ਨਿਵਾਸ ਕਰਨਾ ਹੁੰਦਾ ਹੈ ਦਸਵੇਂ ਦਵਾਰ ਨੂੰ ਜਾਣ ਦਾ ਰਸਤਾ ਗੁਰੂ ਤੋਂ ਬਗੈਰ ਕੋਈ ਨਹੀਂ ਦੱਸਦਾ ਦਸਵੇਂ ਦਵਾਰ ਦੇ ਵਿੱਚ ਪ੍ਰਵੇਸ਼ ਹੋਣ ਦਾ ਜਿਹੜਾ ਮਾਰਗ ਹੈ ਜੋ ਦਸਵੇਂ ਦਵਾਰ ਦੀ ਕੁੰਜੀ ਹੈ ਉਹ ਕੇਵਲ ਗੁਰੂ ਦੇ ਪਾਸ ਹੀ ਹੈ ਪਰ ਸ਼ਰਤ ਹੈ ਕਿ ਗੁਰੂ ਪੂਰਾ ਹੋਣਾ ਚਾਹੀਦਾ ਹੈ ਗੁਰੂ ਦੇ ਸ਼ਰਨ ਵਿੱਚ ਜਦੋਂ ਅਸੀਂ ਪਰਵੇਸ਼ ਕਰਦੇ ਹਾਂ ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ ਤੇ ਗੁਰੂ ਸਾਨੂੰ ਉਹ ਰਸਤਾ ਪੇਟ ਦਿੰਦਾ ਹੈ ਜੋ ਅਸੀਂ ਕਈਆਂ ਜਨਮਾਂ ਤੋਂ ਭੁੱਲੇ ਹੋਏ ਹਾਂ ਭੁੱਲੇ ਮਾਰਗ ਨਾਲ ਨਾਲ ਆਪਣੇ ਅੰਦਰ ਝਾਤੀ ਮਾਰਦੇ ਜਾਣਾ ਹੈ ਸਾਰਿਆਂ ਨੇ ਹੁਣ ਕਿਹੜਾ ਰਸਤਾ ਜਿਹੜਾ ਮਨ ਸਾਡਾ ਭੁੱਲ ਚੁੱਕਾ ਹੈ ਉਸ ਨੂੰ ਗੁਰਬਾਣੀ ਦੇ ਵਿੱਚ ਸ਼ਬਦ ਦਾ ਰਸਤਾ ਕਹਿੰਦੇ ਨੇ ਉਸ ਨੂੰ ਨਾਮ ਦਾ ਰਸਤਾ ਕਹਿੰਦੇ ਨੇ ਨਾਦ ਦਾ ਰਸਤਾ ਕਹਿੰਦੇ ਨੇ ਗੁਰਬਾਣੀ ਵਿੱਚ ਲਿਪ ਦਾ ਰਸਤਾ ਕਹਿੰਦੇ ਨੇ ਜਦੋਂ ਅਸੀਂ ਸੰਸਾਰ ਵਿੱਚ ਪ੍ਰਵੇਸ਼ ਹੋਏ ਤੇ ਜਿੱਦਣ ਜਨਮ ਹੋਇਆ ਸੰਸਾਰ ਵਿੱਚ ਆ ਜਿੱਥੇ ਨਾਭੀ ਹੈ ਇਤੋਂ ਲੇਵ ਤੋੜ ਦਿੱਤੀ ਗਈ ਸਾਡੀ ਜਦੋਂ ਇਤੋਂ ਨਾਭੀ ਤੋਂ ਮੂਲ ਨਾਲੋਂ ਕੱਟਦੇ ਨੇ ਉਸ ਵਕਤ ਸ਼ਬਦ ਨਾਲੋਂ ਵਿਛੋੜਾ ਪੈ ਜਾਂਦਾ ਹੈ ਤੇ ਜਦੋਂ ਸ਼ਬਦ ਨਾਲੋਂ ਵਿਛੋੜਾ ਪੈ ਗਿਆ ਮਨ ਆਪਣੇ ਨਿੱਜ ਘਰ ਨੂੰ ਜਾਣ ਦਾ ਰਸਤਾ ਪੁੱਲ ਜਾਂਦਾ ਹੈ ਤੇ ਕੈਸੀ ਅਵਸਥਾ ਸ਼ੁਰੂ ਹੋ ਜਾਂਦੀ ਹੈ ਜਾ ਇਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਦੋਂ ਇਥੋਂ ਮੂਲ ਨਾਲੋਂ ਤੋੜਿਆ ਗਿਆ ਤੇ ਸ਼ਬਦ ਨਾਲੋਂ ਸਾਡੀ ਲਿਵ ਟੁੱਟ ਗਈ ਜਦੋਂ ਸ਼ਬਦ ਨਾਲੋਂ ਲਿਵ ਟੁੱਟ ਜਾਂਦੀ ਹੈ ਅਸੀਂ ਸਾਰੇ ਪੌਣ ਵਿੱਚ ਆ ਕੇ ਪ੍ਰਵੇਸ਼ ਹੋ ਜਾਂਦੇ ਹਾਂ ਆ ਦੋ ਸੁਰਾਂ ਦੇ ਰਾਹੀ ਜਿਹੜੀ ਪੌਣ ਚੱਲ ਰਹੀ ਹੈ ਜਦੋਂ ਮਨ ਪ੍ਰਾਣਾ ਦੇ ਵਿੱਚ ਆ ਕੇ ਪ੍ਰਵੇਸ਼ ਹੋ ਜਾਂਦਾ ਤੇ ਆਪਣੇ ਘਰ ਨੂੰ ਜਾਣ ਦਾ ਰਸਤਾ ਪੁੱਲ ਜਾਂਦਾ ਹੈ ਓਨੂੰ ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋਨ ਛਾੜ ਜਾਂ ਜਗਮੇ ਆਇਓ ਲਾਗਤ ਪਵਨ ਖਸਮ ਬਿਸਰਾਇਓ ਜਦੋਂ ਮਨ ਈਸ਼ਪਾਉਣ ਦੇ ਸੰਪਰਕ ਦੇ ਵਿੱਚ ਆ ਗਿਆ ਤੇ ਨੌ ਦਰ ਖੁੱਲ ਜਾਂਦੇ ਨੇ ਨੌ ਦਰਾਂ ਦੇ ਵਿੱਚ ਆਪਣੀ ਜੋਤ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਹੈ ਆਪਣੇ ਘਰ ਨੂੰ ਜਾਣ ਦਾ ਰਸਤਾ ਪੁੱਲ ਜਾਂਦਾ ਹੈ ਉਸ ਨੂੰ ਫਿਰ ਮਹਾਰਾਜ ਗੁਰਬਾਣੀ ਚ ਫਰਮਾਨ ਕਰਦੇ ਨੇ ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੇ ਗਵਾਰ ਜੋ ਹੀ ਮਨ ਪੌਣ ਵਿੱਚ ਆ ਕੇ ਪਰਵੇਸ਼ ਹੋਇਆ ਸ਼ਬਦ ਨਾਲੋਂ ਲਿਵ ਟੁੱਟ ਗਈ ਘਰ ਨੂੰ ਜਾਣ ਦਾ ਰਸਤਾ ਪੁੱਲ ਗਿਆ ਤੇ ਮਨ ਈਸ਼ ਮਾਇਏ ਦੇ ਘਰ ਵਿੱਚ ਆ ਕੇ ਫਸ ਗਿਆ ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਬਾਉ ਦੂਜਾ ਲਾਇਆ ਆਪਣੇ ਘਰ ਨੂੰ ਜਾਣ ਦੀ ਬਜਾਏ ਦੂਸਰੇ ਮਾਰਗ ਤੇ ਚੱਲ ਪਿਆ ਦੂਸਰਾ ਰਸਤਾ ਹੈ ਗੁਰਮੁਖ ਪਿਆਰਿਓ ਧਾਤ ਦਾ ਰਸਤਾ ਲਿਵ ਟੁੱਟ ਗਈ ਪ੍ਰੇਮ ਦਾ ਮਾਰਗ ਭੁੱਲ ਗਿਆ ਧਾਤ ਦੇ ਰਸਤੇ ਤੇ ਚੱਲ ਪਿਆ ਨਾ ਲਾਲ ਝਾਤੀ ਮਾਰਨੀ ਹੈ ਅਸੀਂ ਕਿਹੜੇ ਮਾਰਗ ਤੇ ਚੱਲ ਰਹੇ ਹਾਂ ਲਿਵ ਧਾਤ ਦੋਇਰਾ ਹੈ ਹੁਕਮੇ ਕਾਰ ਕਮਾਇ ਸ਼ਬਦ ਨਾਲੋਂ ਲਿਵ ਟੁੱਟ ਗਈ ਮਨ ਧਾਤ ਦੇ ਰਸਤੇ ਤੇ ਚੱਲ ਪਿਆ ਉਹਦਾ ਪਿਆਰ ਇਸ ਸਰੀਰ ਦੇ ਨਾਲ ਪਹਿਣਾ ਸ਼ੁਰੂ ਹੋ ਗਿਆ ਇਸ ਸਰੀਰ ਨੂੰ ਸਮਝ ਲਿਆ ਕਿ ਇਹ ਮੇਰਾ ਹੀ ਅਸਲੀ ਘਰ ਹੈ ਇਸ ਮਾਇਆ ਦੇ ਘਰ ਦੇ ਵਿੱਚ ਆ ਕੇ ਫਸ ਗਿਆ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਪਾਉ ਦੂਜਾ ਲਾਇਆ ਇਸ ਮਾਇ ਦੇ ਘਰ ਵਿੱਚ ਵਿਚਰਦਿਆਂ ਵਿਚਰਦਿਆਂ ਸਮਾਂ ਲੰਘਿਆ ਤੇ ਮਨ ਵਾਪਸ ਨਹੀਂ ਗਿਆ ਇਸੇ ਤਰ੍ਹਾਂ ਸਤਜੁਗ ਬੀਤ ਗਿਆ ਫਿਰ ਮੌਕਾ ਮਿਲਿਆ ਮਾਨਸ ਜਨਮ ਵਿੱਚ ਆਏ ਫਿਰ ਲਿਵ ਟੁੱਟ ਗਈ ਫਿਰ ਘਰ ਨੂੰ ਜਾਣ ਦਾ ਰਸਤਾ ਪੁੱਲ ਗਿਆ ਦੁਆਪਰ ਵੀ ਬੀਤ ਗਿਆ ਤ੍ਰੇਤਾ ਵੀ ਬੀਤ ਗਿਆ ਤੇ ਕਲਾ ਦਾ ਯੁੱਗ ਆ ਗਿਆ ਆਖਰੀ ਯੁੱਗ ਆ ਗਿਆ ਆਖਰੀ ਯੁੱਗ ਦੇ ਵਿੱਚ ਮੌਕਾ ਮਿਲਿਆ ਤੇ ਮਨ ਵਾਪਸ ਕਰਨੀ ਗਿਆ ਤੇ ਮਾਤਾ ਪਿਤਾ ਦੇਖਦਾ ਹੈ ਜਿਸ ਨੇ ਮਨ ਨੂੰ ਇੱਥੇ ਖੇਡਣ ਵਾਸਤੇ ਭੇਜਿਆ ਹੈ ਜਿਸ ਮਾਤਾ ਪਿਤਾ ਨੇ ਮਾਤਾ ਦੇ ਉਦਰ ਦੇ ਅੰਦਰ 9 ਮਹੀਨੇ ਪੂਰਾ ਅਭਿਆਸ ਕਰਵਾਇਆ ਕਿ ਸੰਸਾਰ ਵਿੱਚ ਜਾ ਕੇ ਜਦੋਂ ਤੇਰੀ ਲਿਬ ਟੁੱਟ ਗਈ ਤੇ ਕਿਸ ਤਰ੍ਹਾਂ ਤੁਸੀਂ ਸ਼ਬਦ ਨਾਲ ਜੁੜ ਕੇ ਤੇ ਬਚਾਅ ਕਰਨਾ ਤੇ ਵਾਪਸ ਆਉਣਾ ਹੈ। ਲੇਕਿਨ ਜਦੋਂ ਸੰਸਾਰ ਵਿੱਚ ਆਏ ਤੇ ਲਿਬ ਦਾ ਰਸਤਾ ਹੀ ਪੁੱਲ ਗਿਆ। ਮਾਤਾ ਪਿਤਾ ਨੇ ਦੇਖਿਆ ਵੀ ਬੱਚਾ ਜਿਹੜਾ ਹੈ ਵਾਪਸ ਨਹੀਂ ਆ ਰਿਹਾ। ਤੇ ਇਸ ਕਲਾ ਤੇ ਯੁੱਗ ਨੂੰ ਦੇਖਦੇ ਹੋਏ ਆ ਉਹਨਾਂ ਨੇ ਗੁਰੂ ਨੂੰ ਭੇਜਿਆ ਸਤਿਗੁਰੂ ਨੂੰ ਭੇਜਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿੱਚ ਪ੍ਰਗਟ ਹੋਏ ਉਹਨਾਂ ਨੇ ਜਦੋਂ ਮਨ ਦੀ ਐਸੀ ਅਵਸਥਾ ਦੇਖੀ ਤੇ ਮਨ ਨੂੰ ਸਮਝਾਉਣਾ ਸ਼ੁਰੂ ਕੀਤਾ ਪੀਏ ਜਿਹੜਾ ਮਨ ਹੈ ਭੁੱਲਾ ਹੋਇਆ ਹੈ ਤੇ ਕਿੱਥੇ ਆ ਕੇ ਭੁੱਲ ਗਿਆ ਮਨ ਭੁੱਲੋ ਮਾਇਆ ਕਰ ਜਾਏ ਮਾਇਆ ਦੇ ਘਰ ਵਿੱਚ ਆ ਕੇ ਵਾਪਸ ਜਾਣ ਦਾ ਰਸਤਾ ਪੁੱਲ ਗਿਆ ਹੈ ਤੇ ਜੇ ਕਿਸੇ ਨੂੰ ਪੁੱਛ ਲੈਂਦਾ ਹੈ ਮੈਂ ਘਰ ਜਾਣਾ ਚਾਹੁੰਦਾ ਹਾਂ ਤੇ ਕਾਲੇ ਅਨਾੜੀ ਸੰਤ ਪੈਦਾ ਕੀਤੇ ਹੋਏ ਨੇ ਜੇ ਕਿਸ ਨੂੰ ਪੁੱਛਦਾ ਹੈ ਮੈਂ ਮਾਲਕ ਨੂੰ ਮਿਲਣਾ ਚਾਹੁੰਦਾ ਹਾਂ ਆਪਣੇ ਮਾਤਾ ਪਿਤਾ ਨੂੰ ਤੇ ਉਸ ਨੂੰ ਧਰਮ ਦੇ ਵਿੱਚ ਪਾਉਣ ਵਾਸਤੇ ਹੋਰ ਪਾਸੇ ਤੋਰ ਦਿੱਤਾ ਜਾਂਦਾ ਹੈ ਉਹਨੋਂ ਪਰਮੇ ਵਿੱਚ ਪਾ ਕੇ ਕਿਹਾ ਜਾਂਦਾ ਹੈ ਕਿ ਤੂੰ ਐਨਾ ਪੁੰਨ ਕਰੇਗਾ ਤੇ ਆਪੇ ਦਰਗਾਹ ਦੇ ਵਿੱਚ ਥਾਂ ਮਿਲ ਜੇਗੀ ਤੇ ਜੇ ਤੂੰ ਇਸ ਚੀਜ਼ ਦਾ ਪੁੰਨ ਨਾ ਕੀਤਾ ਤੇ ਦਰਗਾਹ ਦੇ ਵਿੱਚ ਤੈਨੂੰ ਨਰਕ ਮਿਲੇਗਾ ਤੈਨੂੰ ਸਜ਼ਾ ਮਿਲੇਗੀ ਇਸੇ ਤਰ੍ਹਾਂ ਕਰਦੇ ਕਰਦੇ ਸਤਜਗ ਤ੍ਰੇਤਾ ਤੇ ਦੁਆਪਰ ਲੰਘਿਆ ਇਹ ਜਿਹੜਾ ਮਨ ਸੀਤ ਰਹਿ ਗੁਣਾ ਤੋਂ ਅਤੀਤ ਨਹੀਂ ਹੋ ਸਕਿਆ ਤੇ ਮਾਰੈ ਨੇ ਜਦੋਂ ਐਸੀ ਅਵਸਥਾ ਦੇਖੀ ਤੇ ਭਜਨ ਕੀਤੇ ਵੀ ਇਹਦੇ ਨਾਲ ਕਿੰਨਾ ਧੋਖਾ ਹੋ ਰਿਹਾ ਹੈ ਕਿੰਨਾ ਭਰਮ ਦੇ ਵਿੱਚ ਪਾਇਆ ਜਾ ਰਿਹਾ ਹੈ ਜੋਗੀ ਯੁਗਤ ਨਾ ਜਾਣੇ ਅੰਧ ਤੀਨੋਂ ਉਜਾੜੇ ਕਾ ਬੰਦ ਐਸੀ ਅਵਸਥਾ ਜੇ ਕੋਈ ਮਿਲਣਾ ਚਾਹੁੰਦਾ ਤੇ ਉਹਨੂੰ ਭਰਮ ਦੇ ਵਿੱਚ ਪਾ ਦਿੰਦੇ ਨੇ ਸਿਮਰਤ ਸਾਸਤ ਪਾਪ ਪੁੰਨ ਵਿਚਾਰ ਦੇ ਤਤ ਸਾਰ ਨਾ ਜਾਣੇ ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ ਤੇਹੇ ਗੁਣੀ ਸੰਸਾਰ ਭ੍ਰਮ ਸੁਤਾ ਹੁਣ ਤਿੰਨਾ ਗੁਣਾਂ ਦੇ ਵਿੱਚ ਮਨ ਜਿਹੜਾ ਸੀ ਭ੍ਰਮ ਦੇ ਵਿੱਚ ਰਹਿ ਗਿਆ ਕੋਈ ਰਜੋ ਗੁਣ ਤੇ ਰਹਿ ਗਿਆ ਕੋਈ ਤਮੋ ਗੁਣ ਤੇ ਚਲਾ ਗਿਆ ਕੋਈ ਸਤੋ ਗੁਣ ਤੇ ਚਲਾ ਗਿਆ ਤ੍ਰੈ ਗੁਣਾਂ ਤੋਂ ਅਤੀਤ ਜਿੱਥੋਂ ਆਪਣਾ ਘਰ ਸ਼ੁਰੂ ਹੁੰਦਾ ਹੈ ਉਸ ਘਰ ਨੂੰ ਜਾਣ ਦਾ ਰਸਤੇ ਦਾ ਭੇਦ ਨਹੀਂ ਆਇਆ ਤੇਹੇ ਗੁਣੇ ਸੰਸਾਰ ਭ੍ਰਮ ਸੁਤਾ ਸੋਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨੇ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਫਿਰ ਸੰਸਾਰ ਨੂੰ ਦੱਸਣਾ ਸ਼ੁਰੂ ਕੀਤਾ ਪੀਤ ਉਸੇ ਜਦੋਂ ਦੇ ਆਏ ਹੋ ਹਾਲੇ ਤੱਕ ਵਾਪਸ ਆਪਣੇ ਘਰ ਨਹੀਂ ਗਏ ਕਦੇ ਰਜੋ ਗੁਣ ਤੇ ਚਲੇ ਜਾਂਦੇ ਹੋ ਹੁਣ ਜਦੋਂ ਮਨ ਆਉਂਦਾ ਹੈ ਪੌਣ ਵਿੱਚ ਮਿਲ ਕੇ ਕਿਸੇ ਦਾ ਮਨ ਰਜੋ ਗੁਣ ਤੇ ਚਲਾ ਜਾਂਦਾ ਹੈ ਜਦੋਂ ਰਜੋ ਗੁਣ ਤੇ ਗਿਆ ਆਸ਼ਾ ਅਭਲਾਸ਼ਾ ਤ੍ਰਿਸ਼ਨਾਵਾਂ ਪੈਦਾ ਹੋ ਜਾਂਦੀਆਂ ਨੇ ਮਨ ਸਿਰਫ ਇਸ ਸਰੀਰ ਨੂੰ ਪਾਲਣ ਬਾਰੇ ਸੋਚੀ ਜਾਂਦਾ ਹੈ ਹੌਲੀ ਹੌਲੀ ਰਜੋ ਗੁਣ ਤੋਂ ਚੱਲਦਾ ਚੱਲਦਾ ਤਮੋ ਗੁਣ ਤੇ ਚਲਾ ਜਾਂਦਾ ਹੈ ਕਿਸੇ ਦੇ ਨਾਲ ਵਿਚਾਰਾਂ ਦਾ ਟਕਰਾਅ ਹੋ ਗਿਆ ਅੰਦਰ ਨਿੰਦਿਆ ਆ ਗਈ ਚੁਗਲੀ ਆ ਗਈ ਮਨ ਤਮੋ ਗੁਣ ਤੇ ਚਲਾ ਗਿਆ ਤੇ ਕਿਸੇ ਕਿਸੇ ਦਾ ਮਨ ਸਤੋ ਗੁਣ ਤੇ ਜਾਂਦਾ ਬਾਹਰ ਮੁਖੀ ਤੀਰਥਾਂ ਦਾ ਰਟਨ ਕਰਦਾ ਹੈ ਪਰ ਘਰ ਨਹੀਂ ਜਾਂਦਾ ਆਪਣੇ ਘਰ ਨਹੀਂ ਜਾ ਰਿਹਾ ਤੇ ਘਰ ਵਿੱਚ ਮਾਤਾ ਪਿਤਾ ਬੈਠਾ ਹੋਇਆ ਹੈ ਨਿਰੰਕਾਰ ਬੈਠਾ ਹੋਇਆ ਹੈ ਉਹ ਦੇਖ ਰਿਹਾ ਹੈ ਉਹ ਆਵਾਜ਼ ਦਿੰਦਾ ਹੈ ਕਿ ਮਨ ਨੂੰ ਵਾਪਸ ਤੂੰ ਆਪਣੇ ਘਰ ਵਿੱਚ ਆ ਜਾ ਲੇਕਿਨ ਮਾਇਆ ਦੇ ਵਿੱਚ ਫਸਿਆ ਹੋਇਆ ਮਨ ਆਪਣੇ ਮਾਤਾ ਪਿਤਾ ਦੀ ਆਵਾਜ਼ ਨਹੀਂ ਸੁਣਦਾ ਤੇ ਪਰਮਾਤਮਾ ਇੱਥੇ ਨਿਜਮਹਿਲ ਵਿੱਚ ਬੈਠ ਕੇ ਆਵਾਜ਼ ਦਿੰਦੇ ਨੇ ਤੇ ਫਰਮਾਉਂਦੇ ਨੇ ਕਹਿੰਦੇ ਨੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਕਰੇ ਬੀ ਬੜਾ ਸਮਾਂ ਹੋ ਗਿਆ ਹੈ ਤੁਸੀਂ دنیਆਵੀ ਤੌਰ ਤੇ ਮੋਹ ਦੇ ਬੰਧਨਾਂ ਵਿੱਚ ਵੱਜੇ ਹੋਏ ਹੋ ਆਪਣਾ ਬੱਚਾ ਕਿਤੇ ਸਕੂਲ ਜਾਂਦਾ ਹੈ ਪੜ੍ਹਨ ਵਾਸਤੇ ਥੋੜਾ ਸਮਾਂ ਵਾਪਸ ਨਾ ਆਵੇ ਤੇ ਮਾਪੇ ਉਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੇ ਹੈ ਉਹ ਦਰਵਾਜ਼ੇ ਦੇ ਵਿੱਚ ਖੜ ਕੇ ਦੇਖਦੇ ਨੇ ਤੇ ਬੱਚਾ देर ਨਾਲ ਕਿਉਂ ਆਇਆ ਆਇਆ ਕਿਉਂ ਨਹੀਂ ਹੱਲੇ ਤੇ ਆਂਡ ਗਵਾਂਡ ਲੱਭਦੇ ਨੇ ਪੁੱਛਦੇ ਨੇ ਆਂਦੇ ਗੁਰਮੁਖ ਪਿਆਰਿਓ ਤੁਸੀਂ ਅੰਦਾਜ਼ਾ ਨਹੀਂ ਲਾ ਕੇ ਦੇਖਿਆ ਜਿਸ ਮਾਤਾ ਪਿਤਾ ਦੇ ਬੱਚੇ ਨੂੰ ਘਰੋਂ ਨਿਕਲੇ ਹੋਏ ਚਾਰ ਯੁੱਗ ਹੋ ਗਏ ਨੇ ਕਦੋਂ ਦਾ ਸਾਡਾ ਜਨਮ ਹੋਇਆ ਹੈ ਕਹੋ ਨਾਨਕ ਸ੍ਰਿਸ਼ਟ ਕਾ ਮੂਲ ਰਜਿਆ ਜੋਤ ਰਾਖੀ ਤਾਂ ਤੂੰ ਜਗ ਮੇ ਆਇਆ ਸਾਡਾ ਉਦਨ ਜਨਮ ਹੋਇਆ ਜਿਸ ਦਿਨ ਸ੍ਰਿਸ਼ਟੀ ਰਚੀ ਗਈ ਹੈ ਅਸੀਂ ਇਸ ਘਰ ਵਿੱਚ ਆਏ ਵਾਪਸ ਨਹੀਂ ਗਏ ਤ੍ਰੈ ਗੁਣਾਂ ਦੇ ਵਿੱਚ ਰਹਿ ਗਏ ਅਗਾ ਅਗਾ ਘਰ ਬਦਲਦੇ ਰਹੇ ਅਸੀਂ ਤ੍ਰੈ ਗੁਣ ਮੈਂ ਜਾਗੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਰਜੋ ਗੁਣ ਤੇ ਚਲੇ ਗਏ ਭੂਮ ਲੋਕ ਨੂੰ ਚਲੇ ਗਏ ਆਕਾਸ਼ ਲੋਕ ਤੇ ਚਲੇ ਗਏ ਸਤੋ ਗੁਣ ਨੂੰ ਚਲੇ ਗਏ ਤਮੋ ਗੁਣ ਤੇ ਚਲੇ ਗਏ ਪਤਾਲ ਲੋਕ ਨੂੰ ਚਲੇ ਗਏ ਅਸੀਂ ਵਾਪਸ ਨਹੀਂ ਗਏ ਲੰਮੇ ਸਫਰ ਤੇ ਚੱਲ ਪਏ ਤੇ ਜਿਹੜੇ ਮਾਰਗ ਤੇ ਚੱਲ ਪਏ ਉਹ ਮਾਰਗ ਸਾਡੇ ਘਰ ਨੂੰ ਨਹੀਂ ਜਾਂਦਾ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ ਮਾਤਾ ਪਿਤਾ ਦੇਖ ਰਹੇ ਕਿ ਚਾਰ ਜੋਗ ਹੋ ਗਏ ਬੱਚਾ ਵਾਪਸ ਨਹੀਂ ਆਇਆ ਤੇ ਆਪਣਾ ਮਾਤਾ ਪਿਤਾ ਕੌਣ ਹੈ ਗੁਰਮਖ ਪਿਆਰਿਓ ਜਿੰਨੇ ਸਾਨੂੰ ਜਨਮ ਦਿੱਤਾ ਹੈ ਜਿਸ ਦਾ ਕੋਈ ਰੂਪ ਨਹੀਂ ਕੋ ਰੰਗ ਨਹੀਂ ਕੋ ਰੇਖ ਨਹੀਂ ਕੋਈ ਭੇਖ ਨਹੀਂ ਕੋ ਚੱਕਰ ਨਹੀਂ ਕੋ ਚਿੰਨ ਨਹੀਂ ਕੋਈ ਵਰਨ ਨਹੀਂ ਕੋ ਜਾਤ ਨਹੀਂ ਪ੍ਰਕਾਸ਼ ਹੀ ਪ੍ਰਕਾਸ਼ ਹੈ ਔਰ ਰੂਪ ਰੇਖ ਤੋਂ ਨਿਆਰਾ ਹੈ ਮਾਤਾ ਪਿਤਾ ਹੈ ਸਾਡਾ ਹਰ ਜੀ ਮਾਤਾ ਹਰ ਜੀ ਪਿਤਾ ਤੇ ਜੋ ਹਰੀ ਹੈ ਉਹ ਜਦੋਂ ਦੇਖਦਾ ਮਨ ਤਾਂ ਮਾਇਆ ਦੇ ਘਰ ਵਿੱਚ ਫਸ ਗਿਆ। ਉਹਨਾਂ ਨੇ ਆਵਾਜ਼ ਮਾਰਨੀ ਸ਼ੁਰੂ ਕੀਤੀ। ਲੇਕਿਨ ਮਨ ਘਰ ਨੂੰ ਜਾਣ ਦਾ ਰਸਤਾ ਭੁੱਲ ਗਿਆ। ਹੁਣ ਮਨ ਚੱਲਦਾ ਹੈ ਪੌਣ ਦੇ ਵਿੱਚ ਮਿਲ ਕੇ। ਕਦੇ ਖੱਬੇ ਪਾਸੇ ਨਿਕਲ ਜਾਂਦਾ ਹੈ ਤੇ ਕਦੇ ਸੱਜੇ ਪਾਸੇ ਨਿਕਲ ਜਾਂਦਾ ਹੈ। ਜਿੱਥੋਂ ਮਨ ਦਾ ਘਰ ਸ਼ੁਰੂ ਹੁੰਦਾ ਹੈ ਉਸ ਦਰ ਦੇ ਉੱਪਰ ਨਹੀਂ ਬੈਠਦਾ। ਤੇ ਐਸੀ ਅਵਸਥਾ ਫਿਰ ਜਦੋਂ ਮਾਲਕ ਦੇਖਦਾ ਤੇ ਉਹ ਬਚਨ ਕਰਦਾ ਹੈ ਤੇ ਉਹ ਬਚਨ ਬਾਣੀ ਵਿੱਚ ਦਰਜ ਹੋ ਜਾਂਦੇ ਨੇ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਰਮਾਤਮਾ ਦੀ ਬਾਣੀ ਕਹਿੰਦੇ ਨੇ ਸਤਿਗੁਰ ਦੀ ਬਾਣੀ ਕਹਿੰਦੇ ਨੇ ਕਿਉਂਕਿ ਜੋ ਪਰਮਾਤਮਾ ਤੇ ਮਨ ਦੇ ਬਚਨ ਹੋ ਰਹੇ ਨੇ ਉਹ ਦਰਜ ਨੇ ਪਰਮਾਤਮਾ ਨੇ ਆਵਾਜ਼ ਦਿੱਤੀ ਮਨ ਨੇ ਨਹੀਂ ਸੁਣੀ ਮਾਰੇ ਕਹਿੰਦੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ ਖਿਣ ਆਗੇ ਖਿਣ ਪਿੱਛੇ ਸਦਾ ਬੁਲਾਈਏ ਮਹਿਲ ਨਾ ਆਵੇ ਕਿਉਂ ਕਰਦਰਗੇ ਛਿਜੇ ਹੁਣ ਮਾਤਾ ਪਿਤਾ ਘਰ ਵਿੱਚ ਬੁਲਾ ਰਹੇ ਨੇ ਮਨ ਨਹੀਂ ਸੁਣਦਾ ਪਿਆ ਮਨ ਚੱਲਦਾ ਹੈ ਤਰੇ ਗੁਣਾ ਦੇ ਵਿੱਚ ਵਿਚਾਰਾਂ ਤੇ ਫੁਰਨਿਆਂ ਦੇ ਵਿੱਚ ਪੱਜਾ ਫਿਰਦਾ ਹੈ ਮਾਤਾ ਪਿਤਾ ਜਦੋਂ ਬੋਲਦੇ ਨੇ ਤੇ ਮਾਤਾ ਪਿਤਾ ਦੇ ਮੁਖ ਦੇ ਵਿੱਚੋਂ ਇੱਕ ਆਵਾਜ਼ ਪੈਦਾ ਹੁੰਦੀ ਹੈ ਇੱਕ ਧੁਨ ਪੈਦਾ ਹੁੰਦੀ ਹੈ ਉਹ ਜਿਹੜੀ ਧੁਨ ਪੈਦਾ ਹੁੰਦੀ ਹੈ ਉਸ ਨੂੰ ਅਨਹਦ ਬਾਣੀ ਕਹਿੰਦੇ ਨੇ ਉਸ ਨੂੰ ਅਨਹਦ ਸ਼ਬਦ ਕਿਹਾ ਹੋਇਆ ਹੈ ਜਦੋਂ ਪਰਮੇਸ਼ਰ ਪਰਮਾਤਮਾ ਬੋਲਦਾ ਤੇ ਇੱਕ ਧੁਨ ਪੈਦਾ ਹੁੰਦੀ ਹੈ ਤੇ ਉਸ ਧੁਨ ਨੂੰ ਬਾਣੀ ਵਿੱਚ ਕਹਿੰਦੇ ਨੇ ਸ਼ਬਦ ਤੇ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਸ਼ਬਦ ਸਤ ਸਤ ਪ੍ਰਭ ਬਖਤਾ ਪਰਮਾਤਮਾ ਬੋਲਦਾ ਹੈ ਤੇ ਜਦੋਂ ਬੋਲਦਾ ਮਨ ਨੇ ਉਸ ਆਵਾਜ਼ ਨੂੰ ਸੁਣਨਾ ਹੁੰਦਾ ਹੈ ਗੁਰਮਖ ਪਿਆਰਿਓ ਲੇਕਿਨ ਮਨ ਤਾਂ ਹੋਰ ਕੰਮੇ ਲੱਗਾ ਹੋਇਆ ਹੈ ਮਨ ਤਾਂ ਕਦੇ ਰਜੋ ਗੁਣ ਤੇ ਸੋਚੀ ਜਾਂਦਾ ਹੈ ਕਦੇ ਤਮੋ ਗੁਣ ਤੇ ਵਿਚਾਰ ਲਈ ਜਾਂਦਾ ਹੈ ਮਨ ਤਾਂ ਉਹ ਸ਼ਬਦ ਨਹੀਂ ਸੁਣਦਾ ਪਰਮਾਤਮਾ ਜਦੋਂ ਬੋਲਦੇ ਨੇ ਮਨ ਨਹੀਂ ਸੁਣਦਾ ਸੀ ਸ਼ਬਦ ਸੱਤ ਸੱਤ ਪ੍ਰਭ ਬਖਤਾ ਸੁਰਤ ਸੱਤ ਸੱਤ ਜਸ ਸੁਣਤਾ ਲੇਕਿਨ ਮਨ ਨੂੰ ਸ਼ਬਦ ਨਹੀਂ ਸੁਣਦਾ ਤੇ ਜਦੋਂ ਸ਼ਬਦ ਨਹੀਂ ਸੁਣਦਾ ਆਵਾਜ਼ ਮਾਤਾ ਪਿਤਾ ਦੀ ਮਨ ਨਹੀਂ ਸੁਣਦਾ ਤੇ ਉਹਨੂੰ ਫਿਰ ਮਹਾਰਾਜ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਈ ਬਰੋਲ ਕਚੋਲਾ ਹੁਣ ਮਾਂ ਪਿਓ ਦੀ ਆਵਾਜ਼ ਬੱਚਾ ਨਹੀਂ ਸੁਣ ਰਿਹਾ ਘਰ ਨਹੀਂ ਜਾ ਰਿਹਾ ਤੇ ਮਾਤਾ ਪਿਤਾ ਬੁਲਾਉਂਦੇ ਨੇ ਮਨ ਸੁਣਦਾ ਹੀ ਨਹੀਂ ਉਹ ਆਵਾਜ਼ ਦਿੰਦੇ ਨੇ ਮਨ ਨਹੀਂ ਸੁਣਦਾ ਤੇ ਕਹਿੰਦੇ ਨੇ ਮਾਇਆ ਨੂੰ ਧਾਰਨ ਕਰ ਲਿਆ ਇਸ ਨੇ ਇਹ ਮਾਇਆ ਧਾਰੇ ਬਣ ਗਿਆ ਹੈ ਅੰਨਾ ਹੋ ਗਿਆ ਬੋਲਾ ਹੋ ਗਿਆ ਹੈ ਤੇ ਫਰਮਾਉਂਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਰੋਲ ਖਚੋਲਾ ਜਦੋਂ ਆਵਾਜ਼ ਨਹੀਂ ਸੁਣਦਾ ਤਾਂ ਪਰਮਾਤਮਾ ਫਿਰ ਗੁਰੂ ਨੂੰ ਭੇਜਦਾ ਹੈ ਤੇ ਗੁਰੂ ਦੀ ਡਿਊਟੀ ਲੱਗਦੀ ਹੈ ਵੀ ਇਹ ਭੁੱਲ ਗਿਆ ਜਿਹੜਾ ਮਾਰਗ ਇਸ ਨੂੰ ਜਾ ਕੇ ਸਮਝਾਓ ਤੇ ਜਦੋਂ ਗੁਰੂ ਸੰਸਾਰ ਵਿੱਚ ਪ੍ਰਗਟ ਹੁੰਦਾ ਗੁਰਮੁਖ ਪਿਆਰਿਓ ਫਿਰ ਸਾਨੂੰ ਉਹ ਭੁੱਲੇ ਮਾਰਗ ਤੇ ਜੇਸ ਨੂੰ ਅਸੀਂ ਭੁੱਲੇ ਹੋਏ ਹਾਂ ਉਹ ਰਸਤਾ ਪ੍ਰਗਟ ਕਰਦਾ ਹੈ ਤੇ ਐਸੀ ਅਵਸਥਾ ਵਿੱਚ ਜਦੋਂ ਗੁਰੂ ਸੰਸਾਰ ਵਿੱਚ ਪ੍ਰਗਟ ਹੋਇਆ ਤੇ ਉਹਨਾਂ ਨੇ ਸਾਨੂੰ ਸਮਝਾਉਣਾ ਸ਼ੁਰੂ ਕੀਤਾ ਸਾਨੂੰ ਦੱਸਿਆ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਵ ਹੋ ਸੁਖ ਸਹਜੇ ਬਹੁਰ ਨ ਹੋਇ ਗੋ ਫੇਰਾ ਗੁਰੂ ਕਹਿ ਲਗਾ ਵੀ ਤੁਹਾਡਾ ਮਾਤਾ ਪਿਤਾ ਤੁਹਾਨੂੰ ਬੁਲਾ ਰਿਹਾ ਹੈ ਆਵਾਜ਼ ਦੇ ਰਿਹਾ ਹੈ ਤੇ ਤੁਸੀਂ ਘਰ ਕਿਉਂ ਨਹੀਂ ਜਾਂਦੇ ਆਪਣੇ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਘਰ ਬਣਾ ਕੇ ਦਿੱਤਾ ਹੈ ਇਹ ਹੀ ਤਾਂ ਉਸਨੇ ਖੇਲ ਬਣਾਇਆ ਹੋਇਆ ਹੈ ਤੁਹਾਨੂੰ ਘਰ ਦੇ ਵਿੱਚੋਂ ਇੱਧਰ ਖੇਡਣ ਵਾਸਤੇ ਭੇਜ ਦਿੱਤਾ ਤੇ ਖੇਲਦਿਆ ਖੇਲਦਿਆ ਹੁਣ ਤੁਸੀਂ ਵਾਪਸ ਆਪਣੇ ਘਰ ਜਾਣਾ ਸੀ ਉਹਨੂੰ ਲੱਭਣਾ ਸੀ ਤੇ ਤੁਸੀਂ ਆਪਣੇ ਘਰ ਜਾਓ ਕਿਉਂ ਇੱਧਰ ਉਧਰ ਤੁਰੇ ਫਿਰਦੇ ਹੋ ਤੇ ਜਦੋਂ ਗੁਰੂ ਨੇ ਆ ਕੇ ਦੱਸਿਆ ਫਿਰ ਜੀਵਨ ਦੇ ਅੰਦਰ ਤੜਪ ਪੈਦਾ ਹੋਈ ਫੇ ਮਿਲ ਗਿਆ ਭੀ ਪਤਾ ਲੱਗੇ ਭੀ ਉਹ ਕਿੱਥੇ ਬੈਠਾ ਹੋਇਆ ਹੈ ਉਹ ਕਿਹੜਾ ਰਸਤਾ ਹੈ ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਏ ਜਿਸ ਤਰ੍ਹਾਂ ਹੁਣ ਆਪਾਂ ਸੰਗਤ ਰੂਪੇ ਚ ਆਏ ਹਾਂ ਸਤ ਸੰਗਤ ਰੂਪ ਵਿੱਚ ਆ ਕੇ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਬੈਠੇ ਤੇ ਗੁਰੂ ਨੇ ਸਮਝਾਉਣਾ ਸ਼ੁਰੂ ਕੀਤਾ ਕਿਉਂਕਿ ਬਾਣੀ ਜਿਹੜੀ ਹੈ ਉਹਨੂੰ ਗੁਰੂ ਦਾ ਕਿਤਾਬ ਹੈ ਤੇ ਮਾਰੇ ਫਰਮਾਉਂਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੇ ਪਰਤਖ ਗੁਰੂ ਨਿਸ਼ਤਾਰ ਗੁਰੂ ਨੇ ਸਮਝਾਉਣਾ ਸ਼ੁਰੂ ਕੀਤਾ ਕਿ ਉਹ ਤੁਹਾਡੇ ਅੰਦਰ ਬੈਠਾ ਹੋਇਆ ਨਿਜ ਮਹਿਲ ਦੇ ਵਿੱਚ ਥਿਰ ਘਰ ਦੇ ਵਿੱਚ ਦਸਵੇਂ ਦੁਆਰ ਵਿੱਚ ਬੈਠਾ ਹੋਇਆ ਤੁਹਾਨੂੰ ਆਵਾਜ਼ ਮਾਰ ਰਿਹਾ ਹੈ ਤੇ ਤੁਹਾਡੀ ਲਿਬ ਸ਼ਬਦ ਨਾਲੋਂ ਟੁੱਟ ਗਈ ਹੈ ਜਿੰਨੀ ਦੇਰ ਤੱਕ ਤੁਸੀਂ ਸ਼ਬਦ ਨਾਲ ਨਹੀਂ ਜੁੜੋਗੇ ਲਿਬ ਦੇ ਰਸਤੇ ਤੇ ਨਹੀਂ ਚੱਲੋਗੇ ਉਨੀ ਦੇਰ ਤੱਕ ਸਾਰਾ ਜੀਵਨ ਵਿਅਰਥ ਰਹੇਗਾ ਉਨੇ ਦਿਨ ਤੱਕ ਤੁਹਾਨੂੰ ਕੁਝ ਵੀ ਪ੍ਰਾਪਤੀ ਨਹੀਂ ਹੋਏਗੀ। ਐਸੀ ਅਵਸਥਾ ਵਿੱਚ ਜਦੋਂ ਦੇਖਿਆ ਤੇ ਸਾਨੂੰ ਸਮਝਾਉਣ ਲੱਗੇ ਮਹਾਰਾਜ ਦੱਸਦੇ ਨੇ ਸਾਚੀ ਲਿਵੇ ਬਿਨ ਦੇ ਨਾ ਮਾਣੀ। ਦੇ ਨਾ ਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ। ਐਸੀ ਅਵਸਥਾ ਵਿੱਚ ਜਦੋਂ ਦੇਖਿਆ ਵੀ ਤੁਹਾਡੀ ਲਿਵ ਸ਼ਬਦ ਨਾਲੋਂ ਟੁੱਟੀ ਹੋਈ ਹੈ। ਤੇ ਜਿੰਨਾ ਦੇਰ ਤੱਕ ਤੁਸੀਂ ਸ਼ਬਦ ਨਾਲ ਨਹੀਂ ਜੁੜੋਗੇ ਘਰ ਨਹੀਂ ਜਾ ਸਕਦੇ ਆਪਣੇ ਉਹ ਮਾਰਗ ਤੇ ਨਹੀਂ ਚੱਲ ਸਕਦੇ ਕਿਉਂ ਇਸ ਨੂੰ ਹੋਰ ਥਾਂਉ ਨਹੀਂ ਸ਼ਬਦ ਲਾਗ ਸ਼ਵਾਰੀਆ ਜਿੱਥੇ ਹੁਣ ਮਨ ਆ ਚੁੱਕਾ ਹੈ ਤ੍ਰੈ ਗੁਣਾ ਦੇ ਵਿੱਚ ਇਹ ਤੋਂ ਨਿਕਲਣ ਵਾਸਤੇ ਘਰ ਨੂੰ ਜਾਣ ਵਾਸਤੇ ਇੱਕ ਹੀ ਰਸਤਾ ਹੈ ਉਹ ਸ਼ਬਦ ਦਾ ਰਸਤਾ ਹੈ ਹੋਰ ਕੋਈ ਰਸਤਾ ਹੀ ਨਹੀਂ ਹੈ ਤੇ ਜਦੋਂ ਗੁਰੂ ਨੇ ਸਮਝਾਇਆ ਤੇ ਦੱਸਿਆ ਤੇ ਮਨ ਜਿਹੜਾ ਸੀ ਉਹ ਖੁਸ਼ ਹੋਇਆ ਤੇ ਹੁਣ ਮੈਨੂੰ ਘਰ ਨੂੰ ਜਾਣ ਦਾ ਪਤਾ ਲੱਗਣ ਲੱਗਾ ਹੈ ਘਰ ਦਾ ਭੇਦ ਆਉਣ ਲੱਗਾ ਹੈ ਤਾਂਦੇ ਹੁਣ ਸੰਗਤ ਵਿੱਚ ਆ ਕੇ ਜਦੋਂ ਭੇਦ ਖੁੱਲਿਆ ਤੇ ਫਿਰ ਖੁਸ਼ੀ ਵਿੱਚ ਦੱਸਣ ਲੱਗੇ ਆਂਦੇ ਇੱਕ ਉੱਤਮ ਬੰਥ ਸੁਣਿਓ ਗੁਰ ਸੰਗਤ ਸੰਗਤ ਵਿੱਚ ਆ ਕੇ ਸਾਨੂੰ ਉਸ ਉੱਤਮ ਪੰਥ ਦਾ ਪੇਧ ਆਉਣਾ ਸ਼ੁਰੂ ਹੋਇਆ ਕਿਉਂਕਿ ਬਾਹਰ ਕਿਤੇ ਨਹੀਂ ਸੀ ਆ ਰਿਹਾ ਹੁਣ ਤੁਸੀਂ ਦੇਖਦੇ ਹੋ ਰੋਜ਼ਾਨਾ ਸਵਈਏ ਪੜ੍ਹਦੇ ਹੋ ਪਟਸੈ ਬੰਨਾਂ ਉਹਨਾਂ ਨੇ ਸਾਰੇ ਭਾਰਤ ਦਾ ਚੱਕਰ ਲਾਇਆ ਸੀ ਪਰ ਕਿਸੇ ਨੇ ਵੀ ਘਰ ਨੂੰ ਜਾਣ ਦਾ ਰਸਤਾ ਨਹੀਂ ਦੱਸਿਆ ਆਪਾਂ ਵੀ ਅੱਜ ਤੱਕ ਜੋਰ ਲਾ ਕੇ ਥੱਕ ਚੁੱਕੇ ਹਾਂ ਤੇ ਸਾਨੂੰ ਵੀ ਘਰ ਨੂੰ ਜਾਣ ਦਾ ਰਸਤਾ ਗੁਰੂ ਤੋਂ ਬਿਨਾਂ ਨਹੀਂ ਥਿਆਇਆ ਤੇ ਜਦੋਂ ਉਹ ਗੁਰੂ ਦੀ ਸ਼ਰਨ ਵਿੱਚ ਆਏ ਤੇ ਉਹਨਾਂ ਨੇ ਫਿਰ ਆ ਕੇ ਬੇਨਤੀ ਕੀਤੀ ਦੱਸਿਆ ਆਂਦੇ ਰਹੇ ਉਹ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ ਸੰਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ ਆਂਦੇ ਬੈਠੀਆਂ ਮਿੱਠੀਆਂ ਗੱਲਾਂ ਤਾਂ ਬੜੀਆਂ ਕਰਦੇ ਰਹੇ ਹੋਰ ਹੀ ਗੱਲਾਂ ਸੁਣਾਉਂਦੇ ਨੇ ਸਾਨੂੰ ਬਰਸ ਏਕ ਹਉ ਫਿਰਿਓ ਕਿਨੇ ਨਾ ਪਰਚੋ ਲਾਇਓ ਕਹਿਤੀ ਕਹਿਤ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਨਾਮ ਛੋੜ ਦੁਜੇ ਲੱਗੇ ਜਿਹੜਾ ਘਰ ਨੂੰ ਜਾਣ ਦਾ ਰਸਤਾ ਸੀ ਸ਼ਬਦ ਦਾ ਉਹ ਛੱਡ ਦਿੱਤਾ ਨਾਮ ਦਾ ਭੇਦ ਨਹੀਂ ਦਿੱਤਾ ਸਾਨੂੰ ਹੋਰ ਇਹ ਗੱਲਾਂ ਇੱਧਰ ਉੱਧਰ ਦੀਆਂ ਸੜਾ ਕੇ ਚਲੇ ਜਾਂਦੇ ਰਹੇ ਤਿੰਨ ਕੇ ਗੁਣ ਹੋ ਕਿਆ ਕਹੂੰ ਗੁਰ ਦਇਓ ਮਲਾਇਓ ਭਿਖਿਆ ਜਿਵ ਤੂ ਰਖੇ ਤਿਵ ਰਹੂ ਪੀ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆਇਆ ਤੇ ਕਿਰਪਾ ਕਰਕੇ ਮੈਨੂੰ ਦੱਸੋ ਕਿਸਰਾ ਮਲਾਪ ਹੋ ਸਕਦਾ ਹੈ ਮੈਂ ਆਪਣੇ ਨਿੱਜ ਘਰ ਵਿੱਚ ਕਿਵੇਂ ਜਾ ਸਕਦਾ ਹਾਂ ਤੇ ਜਦੋਂ ਅਸੀਂ ਸੰਗਤ ਰੂਪ ਵਿੱਚ ਆ ਕੇ ਗੁਰੂ ਨੂੰ ਬੇਨਤੀ ਕਰਦੇ ਤੇ ਗੁਰੂ ਫਿਰ ਉਹ ਭੂਲਾ ਮਾਰਗ ਸਾਨੂੰ ਦੱਸਦਾ ਹੈ ਆਪਾਂ ਹੁਣ ਸਾਰੇ ਬੇਨਤੀ ਕਰਨੀ ਹੈ ਆ ਉਸ ਤੋਂ ਪਹਿਲਾਂ ਆਪਣੇ ਮਨ ਨੂੰ ਇੱਥੇ ਹਾਜ਼ਰ ਕਰਨਾ ਹੈ ਕਿਉਂਕਿ ਗੁਰੂ ਨੇ ਜਿਹੜਾ ਰਸਤਾ ਦੱਸਣਾ ਉਹ ਵਿਵੇਕ ਬੁੱਧ ਵਾਲੇ ਦੇ ਸਮਝਾਏਗਾ ਦੂਸਰੇ ਨੂੰ ਭੇਦ ਨਹੀਂ ਲੱਗੇਗਾ ਕਿ ਕਿੱਥੋਂ ਦੀ ਗੱਲ ਚੱਲੀ ਹੈ ਇਸ ਕਰਕੇ ਆਓ ਆਪਣੇ ਮਨ ਨੂੰ ਥੋੜਾ ਆ ਕਾਗਰ ਕਰੀਏ ਫਿਰ ਆਪਾਂ ਚੌਥੇ ਪਦ ਦੀ ਗੱਲ ਸ਼ੁਰੂ ਕਰਦੇ ਹਾਂ ਕਿ ਉਹ ਭੂਲਾ ਮਾਰਗ ਜਿਹੜਾ ਹੈ ਗੁਰੂ ਕਿਵੇਂ ਸਾਨੂੰ ਦੱਸਦਾ ਹੈ ਕਿੱਥੇ ਸਾਨੂੰ ਧਿਆਨ ਲਾਉਣ ਵਾਸਤੇ ਪ੍ਰੇਰਣਾ ਕਰਦਾ ਹੈ ਜਿਵੇਂ ਤੁਸੀਂ ਕਿਸੇ ਨੂੰ ਬਾਹਰ ਰਸਤਾ ਪੁੱਛੋ ਕਿਧਰ ਨੂੰ ਜਾਣਾ ਤੇ ਉਹ ਤੁਹਾਨੂੰ ਇਸ਼ਾਰਾ ਕਰਕੇ ਦੱਸੇਗਾ ਗੁਰੂ ਨੂੰ ਜਦੋਂ ਅਸੀਂ ਪੁੱਛਾਂਗੇ ਗੁਰੂ ਦੱਸੇ ਕਿੱਥੇ ਬੈਠਣਾ ਹੈ ਉਸ ਵਾਸਤੇ ਆਕਾਗਰਤਾ ਬਹੁਤ ਜ਼ਰੂਰੀ ਹੈ ਪਿਆਰ ਨਾਲ ਆਪਣੇ ਨੇਤਰ ਬੰਦ ਕਰੋ ਜਦੋਂ ਸਵਾਸ ਅੰਤਰਗਤ ਨੂੰ ਜਾਵੇ ਵਾਹੇ ਸਵਾਸ ਗਗਨ ਨੂੰ ਆਵੇ ਤੇ ਗੁਰੂ ਬੋਲਣ ਬਿਲਕੁਲ ਆਪਣੀ ਆਵਾਜ਼ ਦੇ ਵਿੱਚ ਕਨਸੈਂਟਰੇਟ ਕਰਨਾ ਇਧਰ ਉਧਰ ਧਿਆਨ ਨਹੀਂ ਜਾਣਾ ਚਾਹੀਦਾ ਕੋਈ ਆ ਰਿਹਾ ਹੈ ਜਾ ਰਿਹਾ ਹੈ ਉਹਦੇ ਵੱਲ ਬਿਲਕੁਲ ਧਿਆਨ ਨਹੀਂ। ਕੇਵਲ ਆਪਣੀ ਧੁੰਨ ਵਿੱਚ ਧਿਆਨ ਲੀਨ ਕਰਦਿਆਂ ਕਰਦਿਆਂ ਸਹਜ ਵਿੱਚ ਆਉਣਾ ਹੈ। ਫਿਰ ਆਪਾਂ ਅੰਦਰਲੇ ਨਿਝ ਕਰਦੇ ਸਫਰ ਤੇ ਚੱਲ ਸਕਦੇ ਹਾਂ। ਆਓ ਸਾਰੇ ਪਿਆਰ ਦੇ ਨਾਲ ਆਪਣਾ ਜਿਹੜਾ ਤਨ ਹੈ ਇਹਨੂੰ ਰਿਲੈਕਸ ਕਰਦੇ ਹੋਏ। ਨੇਤਰਾ ਨੂੰ ਬੰਦ ਕਰਦੇ ਹੋਏ ਸਹਜ ਅਵਸਥਾ ਵੇ ਜਾਣਾ ਹੈ ਪਿਆਰ ਦੇ ਨਾਲ ਬੋਲਣਾ। ਔਰ ਸਰਵਣਾ ਦੇ ਨਾਲ ਸੁਣਨਾ ਹੈ ਸਾਰਿਆਂ ਨੇ। ਵਾਹ ਗੁਰੂ ਵਾਹ ਗੁਰੂ ਸਾਰੇ ਜਪੋ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰ 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 ਧਿਆਨ ਨੂੰ ਕੰਟਰੋਲ ਕਰਦੇ ਕਰਦੇ नेत्र ਨਹੀਂ ਖੋਲਨੇ ਹੌਲੀ ਹੌਲੀ ਧਿਆਨ ਆਪਣੇ ਅੰਤਰਗਤ ਨਾਭੀ ਦੇ ਉੱਪਰ ਟਿਕਾਉਣ ਦਾ ਯਤਨ ਕਰਨਾ ਹੈ ਵਾ ਗੁਰੂ ਅੰਤਰਗਤ ਅੰਤਰਗਤ ਹੁੰਦੇ ਜਾਣਾ ਰਸਨਾ ਨਾਲੋਂ ਸਿਮਰਨ ਛੱਡਦੇ ਛੱਡਦੇ ਸਵਾਸਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਵਿੱਚ ਆ ਕੇ ਆਪਾਂ ਗੁਰਬਾਣੀ ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਸਿੱਖਣਾ ਹੁੰਦਾ ਹੈ ਕਿਉਂਕਿ ਭੁੱਲਾ ਮਾਰਗ ਕਿਹੜਾ ਹੈ ਆਉ ਆਪਾਂ ਨਾਲ ਨਾਲ ਗੁਰੂ ਤੋਂ ਪੁੱਛਦੇ ਜਾਣਾ ਹੈ ਜਿ세ਾ ਹੁਣ ਆਪਾਂ ਅਭਿਆਸ ਕਰ ਰਹੇ ਸੀ ਆਵਾਜ਼ ਵਿੱਚ ਧਿਆਨ ਰੱਖਦੇ ਹੋਏ ਬੋਲ ਰਹੇ ਸੀ ਸੁਣ ਰਹੇ ਸੀ ਬਾਣੀ ਦਾ ਫਰਮਾਨ ਹੈ ਆਪਸ ਕੋ ਆਪੇ ਆਦੇਸ਼ ਜਦੋਂ ਆਪਣੇ ਆਪ ਦੀ ਆਵਾਜ਼ ਨੂੰ ਤੁਸੀਂ ਧਿਆਨ ਨਾਲ ਸੁਣੋਗੇ ਤ੍ਰੈ ਗੁਣ ਮੈਂ ਨਾਹੀਂ ਪ੍ਰਵੇਸ਼ ਫਿਰ ਜਿਹੜਾ ਧਿਆਨ ਹੈ ਉਹ ਤਿੰਨਾ ਗੁਣਾ ਦੇ ਵਿੱਚ ਨਹੀਂ ਜਾਏਗਾ ਸਿਮਰਨ ਕਰਦਿਆਂ ਕਰਦਿਆਂ ਜਿਵੇਂ ਜਿਵੇਂ ਇਹ ਪੌਂਡ ਸਾਹਮਣੇ ਲੱਗ ਜੇਗੀ ਤੇ ਹੌਲੀ ਹੌਲੀ ਆਪਣਾ ਜਿਹੜਾ ਧਿਆਨ ਹੈ ਨਾਭ ਘਾੜ ਦੇ ਉੱਪਰ ਲਿਆ ਕੇ ਟਿਕਾਉਣਾ ਸ਼ੁਰੂ ਕਰ ਦੇਣਾ ਹੈ ਇਥੋਂ ਉਹ ਰਸਤਾ ਸ਼ੁਰੂ ਹੋਣਾ ਹੈ ਜੋ ਮਨ ਭੁੱਲਾ ਹੋਇਆ ਹੈ ਜਿਵੇਂ ਜਿਵੇਂ ਧਿਆਨ ਅੰਤਰਗਤ ਹੁੰਦਾ ਗਿਆ ਸਿਮਰਨ ਬੰਦ ਹੁੰਦਾ ਜਾਏਗਾ ਤੇ ਤੁਸੀਂ ਧਿਆਨ ਨਾਭੀ ਦੇ ਉੱਪਰ ਟਿਕਾਉਣਾ ਸ਼ੁਰੂ ਕਰਨਾ ਇੱਥੇ ਬਹੁਤ ਸਾਰੇ ਜੀਵ ਕਈ ਦਫਾ ਜਦੋਂ ਰਸਤੇ ਤੇ ਚੱਲਦੇ ਨੇ ਉਹ ਸਿੱਧਾ ਧਿਆਨ ਮਸਤਕ ਦੇ ਵਿੱਚ ਕਈ ਕੋਸ਼ਿਸ਼ ਕਰਦੇ ਨੇ ਲਾਉਣ ਦੇ ਇਹ ਜਦੋਂ ਸਿੱਧਾ ਮਸਤਕ ਕੋਈ ਧਿਆਨ ਲਾਉਗੇ ਇਥੋਂ ਕੋਈ ਰਸਤਾ ਨਹੀਂ ਜਾਏਗਾ ਇਹਦੇ ਤੇ ਕੋਈ ਮਾਰਗ ਨਹੀਂ ਹੈ ਅਭਿਆਸ ਕਰਦੇ ਆ ਕਰਦੇ ਆ ਜਦੋਂ ਇਹ ਪੌਣ ਸਮ ਹੋ ਗਈ ਸਮ ਤੋਂ ਪਾਪ ਬਰਾਬਰ ਹੋ ਗਈ ਇਹ ਧਿਆਨ ਅੰਤਰਗਤ ਹੁੰਦਾ ਹੁੰਦਾ ਨਾਭ ਕਾੜ ਤੇ ਟਿਕਾ ਦੇਣਾ ਹੈ ਤੇ ਗੁਰੂ ਫਰਮਾਉਂਦਾ ਹੈ ਬਾਣੀ ਦੇ ਅੰਦਰ ਨਾਭ ਪਵਣ ਕਰ ਆਸਣ ਬੈਸੇ ਇਸ ਨਾਭੀ ਤੋਂ ਸਾਡੀ ਲਿਵ ਟੁੱਟੀ ਸੀ ਇੱਥੋਂ ਮਾਰਗ ਭੁੱਲਾ ਸੀ ਸਾਨੂੰ ਜਿੱਥੋਂ ਬੱਚੇ ਦਾ ਜਨਮ ਹੁੰਦਾ ਤੇ ਜਦੋਂ ਤੋੜਦੇ ਨੇ ਅੰਦਰੋਂ ਸੁਖਮਣ ਨਾੜੀ ਟੁੱਟ ਜਾਂਦੀ ਹੈ ਤੇ ਟੁੱਟ ਕੇ ਜਦੋਂ ਸੰਗੜਦੀ ਹੈ ਉਹਦੇ ਅੰਦਰ ਸ਼ਬਦ ਗੁਪਤ ਹੋ ਜਾਂਦਾ ਹੈ ਬਾਣੀ ਜੇ ਫਰਮਾਉਂਦੇ ਜਦੋਂ ਧਿਆਨ ਉਕਾਗਰ ਕਰ ਲਿਆ ਤੇ ਕਿੱਥੇ ਟਿਕਾਉਣਾ ਨਾਭ ਭਵਨ ਕਰ ਆਸਣ ਬੈਸੇ ਨਾਬੇ ਦੇ ਉਪਰ ਜਿੱਥੇ ਜਾ ਕੇ ਪੌਣ ਰੁਕ ਜਾਂਦੀ ਹੈ ਉਹਦੇ ਤੇ ਧਿਆਨ ਆਪਣਾ ਟਿਕਾ ਲੈਣਾ ਭਾਵ ਆਸਣ ਜਮਾ ਲੈਣਾ ਹੈ ਤੇ ਕੀ ਹੋਏਗਾ ਉਥੇ ਨਾਬ ਭਵਨ ਕਰ ਆਸਣ ਬੈਸੇ ਗੁਰਮੁਖ ਖੋਜਿਤ ਤਤਲ ਹੈ ਇਥੋਂ ਫਿਰ ਗੁਰਮੁਖ ਤਤ ਦੀ ਖੋਜ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਤਿੰਨਾਂ ਗੁਣਾਂ ਦੇ ਵਿੱਚ ਤਤ ਨਹੀਂ ਹੈ ਤ੍ਰੈ ਗੁਣ ਪੜੇ ਹਰ ਤਤ ਨਾ ਜਾਣੇ ਮੂਲੋਂ ਭੁੱਲਾ ਗੁਰ ਸ਼ਬਦ ਨਾ ਪਛਾਣੇ ਜਦੋਂ ਨਾਬ ਘੜ ਦੇ ਉੱਪਰ ਧਿਆਨ ਲੱਗੇਗਾ ਇਥੋਂ ਫਿਰ ਜਦੋਂ ਅਸੀਂ ਖੋਜ ਕਰਨੀ ਸ਼ੁਰੂ ਕੀਤੀ ਹਰ ਤਤ ਦੇ ਤੇ ਕੀ ਹੋਏਗਾ ਨਾਭ ਭਵਨ ਕਰ ਆਸਣ ਬੈਸੇ ਗੁਰਮਖ ਖੋਜਤ ਤਤ ਲਹੇ ਸੋ ਸ਼ਬਦ ਨਿਰੰਤਰ ਨਿਜ ਕਰ ਆ쉐 ਤ੍ਰਿ ਭਵਨ ਖੋਜ ਸੋ ਸ਼ਬਦ ਲਹੇ ਨਾਭੇ ਤੇ ਧਿਆਨ ਜਦੋਂ ਟਿਕੇਗਾ ਤੇ ਜਿਹੜਾ ਨਿਜ ਘਰ ਦੇ ਵਿੱਚੋਂ ਸ਼ਬਦ ਪ੍ਰਗਟ ਹੋ ਰਿਹਾ ਉਹ ਸੁਣਾਈ ਦੇਣਾ ਸ਼ੁਰੂ ਹੋ ਜਾਵੇਗਾ ਜੇਥੋਂ ਉਹ ਸ਼ਬਦ ਸੁਣਾਈ ਦੇਣ ਲੱਗ ਪਏ ਉਥੋਂ ਫਿਰ ਰਸਤਾ ਸ਼ੁਰੂ ਹੋ ਜਾਂਦਾ ਹੈ ਉਦੋਂ ਫਿਰ ਉਹ ਜਿਹੜਾ ਮਾਰਗ ਸੀ ਉਹ ਪ੍ਰਗਟ ਹੋ ਗਿਆ ਤੇ ਜਦੋਂ ਉਹ ਸ਼ਬਦ ਨਾਲ ਲਿਬ ਜੁੜਨੀ ਸ਼ੁਰੂ ਹੋ ਗਈ ਤੇ ਖੁਸ਼ ਹੋ ਗਿਆ ਮਨ ਤੇ ਕਹਿਣ ਲੱਗਾ ਗੁਰੂ ਨੇ ਮੈਨੂੰ ਉਹ ਰਸਤਾ ਜਣਾ ਦਿੱਤਾ ਹੈ ਤੇ ਗੁਰੂ ਨੇ ਸ਼ਬਦ ਦੇ ਨਾਲ ਲਿਬ ਜੋੜ ਦਿੱਤੀ ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਸੋਗੁਰ ਕਰੋ ਜੇ ਸਾਚ ਦਰੜਾਵਾਏ ਆਕਥ ਕਥਾਵਾਏ ਸ਼ਬਦ ਬਲਾਵੇ ਜਦੋਂ ਗੁਰੂ ਨੇ ਦੱਸਿਆ ਵੀ ਹੁਣ ਇਸ ਸ਼ਬਦ ਦੇ ਨਾਲ ਪਿਆਰ ਪਾਉਣਾ ਸ਼ੁਰੂ ਕਰ ਲਓ ਉਤੋਂ ਰਸਤਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਨਾਭ ਘਾੜ ਤੇ ਆ ਕੇ ਬੈਠ ਕੇ ਸ਼ਬਦ ਸੁਣਦੇ ਉਤੋਂ ਫਿਰ ਮਨ ਦਾ ਸਫਰ ਸ਼ੁੰਦਾ ਹੈ ਦਸਵੇਂ ਦਵਾਰ ਨੂੰ ਕਿਉਂਕਿ ਸ਼ਬਦ ਨੂੰ ਸੁਣਦਿਆਂ ਸੁਣਦਿਆਂ ਮਨ ਨੇ ਸੁਖਮੰਦਰ ਦੇ ਰਸਤੇ ਦਸਵੇਂ ਦਵਾਰ ਵਿੱਚ ਆਉਣਾ ਹੁੰਦਾ ਹੈ ਦਸੋਂ ਦਵਾਰ ਨੂੰ ਜਾਣ ਦਾ ਰਸਤਾ ਪੱਛਮ ਵਾਲੇ ਪਾਸੇ ਹੈ ਸਿੱਧਾ ਧਿਆਨ ਲਾਓਗੇ ਕੋਈ ਨਹੀਂ ਪਹੁੰਚ ਸਕਦਾ ਇੱਥੇ ਕਿਉਂਕਿ ਰਸਤਾ ਨਹੀਂ ਹੈ ਮਾਰਗੀ ਨਹੀਂ ਹੈ ਤਿਆਜ ਸੰਸਾਰ ਦੇ ਜੀਵ ਭੁੱਲੇ ਹੋਏ ਇੱਥੇ ਧਿਆਨ ਟਿਕਾਉਂਦੇ ਨੇ ਉਹਦੇ ਵਾਸਤੇ ਜਦੋਂ ਗੁਰੂ ਨੇ ਦੇਖਿਆ ਵੀ ਭਰਮ ਦੇ ਵਿੱਚ ਪਾਇਆ ਜਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਤੋਂ ਚਲਦੇ ਆਂ ਚਲਦੇ ਆਂ ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸੰਸਾਰ ਨੂੰ ਭੇਜ ਦੇਣਾ ਸ਼ੁਰੂ ਕੀਤਾ ਉਹਨਾਂ ਦੱਸਿਆ ਭੀ ਜਲਦੀ ਸਮਝ ਵਿੱਚ ਆਵੇ ਤੇ ਦਸਵੇਂ ਦਵਾਰ ਦਾ ਸਾਰਾ ਭੇਦ ਜਿਹੜਾ ਸੀ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਪਰ ਅਮਰਸਰ ਦੀ ਧਰਤੀ ਦੇ ਉੱਪਰ ਹਰੀ ਦੇ ਮੰਦਿਰ ਦੀ ਰਚਨਾ ਕਰ ਦਿੱਤੀ ਤੇ ਦੱਸਿਆ ਭੀ ਕੇਸ਼ਰਾ ਤੁਸੀਂ ਅੰਦਰ ਪ੍ਰਵੇਸ਼ ਹੋ ਸਕਦੇ ਹੋ ਤੇ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਹਾਂ ਦਰਸ਼ਨ ਕਰਨ ਵਾਸਤੇ ਤੇ ਜਦੋਂ ਅਸੀਂ ਜਾਂਦੇ ਹਾਂ ਹਰੀ ਦਾ ਜਿਹੜਾ ਮੰਦਿਰ ਹੈ ਜਿੱਥੇ ਮਾਲਕ ਮੌਜੂਦ ਹੈ ਜਿਸ ਰਾਂ ਉਹ ਸੁੰਨ ਸਰੋਵਰ ਦੇ ਵਿੱਚ ਹੈ ਉੱਥੇ ਸਰੋਵਰ ਦੇ ਵਿੱਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਅੰਦਰ ਜਾਣ ਵਾਸਤੇ ਜਿਹੜਾ ਰਸਤਾ ਹੈ ਦਰਸ਼ਨ ਡੇੜੀ ਦਾ ਉਹ ਪੱਛੋਂ ਵਾਲੇ ਪਾਸੇ ਰੱਖਿਆ ਗਿਆ ਆਪਾਂ ਰੋਜ਼ਾਨਾ ਹੀ ਜਾਂਦੇ ਹਾਂ ਜਿੱਧਰੋਂ ਦੀ ਆਪਾਂ ਪ੍ਰਵੇਸ਼ ਹੋਣਾ ਹੈ ਦਰਸ਼ਨ ਡੇੜੀ ਦਾ ਜਿਹੜਾ ਮਾਰਗ ਹੈ ਉਧਰ ਸੂਰਜ ਅਸਤ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਇਥੋਂ ਅਸੀਂ ਸਫ਼ਰ ਸ਼ੁਰੂ ਕਰਦੇ ਹਾਂ ਮਰ ਕਹਿੰਦੇ ਨੇ ਮੂਲ ਦਵਾਰੇ ਬੰਦਿਆ ਬੰਦ ਅਰਵ ਉੱਪਰ ਗੈ ਰਾਖਿਆ ਚੰਦ ਪਸ਼ਮ ਦਵਾਰੇ ਸੂਰਜ ਤਪੈ ਮੇਰ ਡੰਡ ਸਿਰ ਉੱਪਰ ਬਸੈ ਪਸ਼ਮ ਦਵਾਰੇ ਕੀ ਸੇਲ ਓੜ ਤਹਿਸਲ ਉੱਪਰ ਖਿੜਕੀ ਔਰ ਖਿੜਕੀ ਉੱਪਰ ਦਸਵਾਂ ਦਵਾਰ ਕਹੋ ਕਬੀਰ ਤਾਕਾ ਅੰਤ ਨਾ ਪਾ ਪੂਰੇ ਗੁਰੂ ਨੇ ਸਮਝਾਇਆ ਕਿ ਕਿਵੇਂ ਤੁਸੀਂ ਉਸ ਮਹਿਲ ਵਿੱਚ ਜਾ ਸਕਦੇ ਹੋ ਤੁਸੀਂ ਇਹ ਜਿਹੜਾ ਸ਼ਬਦ ਪ੍ਰਗਟ ਹੋ ਗਿਆ ਇਹਨੂੰ ਨਹੀਂ ਛੱਡਣਾ ਇਹ ਜਿਹੜਾ ਸ਼ਬਦ ਹੈ ਇਹਦੇ ਨਾਲ ਪਿਆਰ ਕਰਨਾ ਹੈ ਇਹ ਸ਼ਬਦ ਦੇ ਨਾਲ ਸੁਣਦੇ ਆ ਸੁਣਦੇ ਆ ਫਿਰ ਤੁਸੀਂ ਸ਼ਬਦ ਵਿੱਚ ਸਮਾਉਣ ਦਾ ਯਤਨ ਕਰਨਾ ਉਥੇ ਫਿਰ ਜਦੋਂ ਗੁਰਮਖ ਬੈਠਦੇ ਨੇ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਸ਼ਬਦ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਸ਼ਬਦ ਵਿੱਚ ਧਿਆਨ ਲੱਗਣਾ ਸ਼ੁਰੂ ਹੋ ਗਿਆ ਤੇ ਸ਼ਬਦ ਦੀਆਂ ਧੁਨੀਆਂ ਪ੍ਰਗਟ ਹੁੰਦੀਆਂ ਨੇ ਤੇ ਉਹਦੀ ਨਿਸ਼ਾਨੀ ਮਾਰੇ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਜਦੋਂ ਉਹ ਸ਼ਬਦ ਪ੍ਰਗਟ ਹੁੰਦਾ ਹੈ ਘਰ ਨੂੰ ਜਾਣ ਦਾ ਰਸਤਾ ਮਿਲਦਾ ਤੇ ਜਿਹੜਾ ਮਨ ਹੈ ਖੁਸ਼ੀ ਦੇ ਵਿੱਚ ਝੂਮਣਾ ਸ਼ੁਰੂ ਕਰ ਦਿੰਦਾ ਇਧਰੋਂ ਨਿੱਜ ਮੰਦਰ ਦੇ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੋ ਗਈ ਮਨ ਦੇ ਅੰਦਰ ਚਾਹ ਪੈਦਾ ਹੋ ਗਿਆ ਤੇ ਜਦੋਂ ਚਾਹ ਪੈਦਾ ਹੋਇਆ ਤੇ ਫਿਰ ਦਸਨ ਲੱਗਾ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਮੰਗਲ ਗਾਓ ਨਿਤ ਸਖੀਏ ਸੋਖ ਦੋਖ ਨ ਬਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰ ਜਾਪੈ ਅਨਹਦ ਬਾਣੀ ਗੁਰ ਸ਼ਬਦ ਜਾਣੇ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਗੁਰੂ ਦੇ ਰਾਹੀ ਜਦੋਂ ਚੱਲੇ ਤੇ ਮਲਾਪ ਹੋਇਆ ਤੇ ਸ਼ਬਦ ਦੁਆਰਾ ਜਦੋਂ ਮਾਲਕ ਦੇ ਨਾਲ ਮਲਾਪ ਹੋਇਆ ਨਿੱਜ ਘਰ ਵਿੱਚ ਪਹੁੰਚੇ ਤੇ ਗੁਰੂ ਦੀ ਵਡਿਆਈ ਕਰਨ ਲੱਗੇ ਆਂਦੇ ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਨਾਨਕ ਅਨਹਦ ਤੁਣੀ ਸਦ ਵੱਜਦੇ ਮਿਲੇ ਹਰ ਸੋਈ ਐਸਾ ਫਿਰ ਜਿਹੜੇ ਗੁਰਮਖ ਨੇ ਉਹ ਗੁਰੂ ਦੇ ਰਾਹੀ ਉਸ ਰਸਤੇ ਤੇ ਚੱਲਦੇ ਹੋਏ ਆਪਣੇ ਘਰ ਨੂੰ ਲੱਭ ਲੈਂਦੇ ਨੇ ਹੁਣ ਜਿਹੜੇ ਪੂਰੇ ਗੁਰੂ ਦੀ ਛਰਨ ਵਿੱਚ ਨਹੀਂ ਆਏ ਉਹਨਾਂ ਨੂੰ ਉਹ ਰਸਤੇ ਦਾ ਭੇਦ ਨਹੀਂ ਲੱਗਾ ਉਹਨਾਂ ਦਾ ਜਿਹੜਾ ਮਨ ਹੈ ਸਾਰਾ ਜਿਹੜਾ ਜੀਵਨ ਹੈ ਉਹ ਭੁੱਲਾ ਹੀ ਰਹਿੰਦਾ ਹੈ ਤੇ ਮਨ ਜਿਹੜਾ ਉਹ ਆਪਣੇ ਕਰ ਨਹੀਂ ਜਾਂਦਾ ਉਹ ਗੁਰੂ ਦੀ ਜਿਹੜੀ ਗੱਲ ਹੈ ਉਹ ਵੀ ਨਹੀਂ ਸੁਣਦਾ ਤੇ ਗੁਰੂ ਸਮਝਾਉਂਦਾ ਕਿ ਨਿੱਜ ਘਰ ਚੱਲ ਜਾਓ ਹੁਣ ਮਾਇਆ ਦੇ ਘਰ ਵਿੱਚ ਬੈਠਾ ਹੋਇਆ ਮਨ ਜਿਹੜਾ ਗੁਰੂ ਦੀ ਛਰਨ ਵਿੱਚ ਨਹੀਂ ਆਇਆ ਉਹ ਕਹਿੰਦਾ ਨਿਜ ਕਰਤਾ ਕੋਈ ਹੁੰਦਾ ਹੀ ਨਹੀਂ ਹੈ। ਫਿਰ ਕਰਤਾ ਕੋਈ ਹੁੰਦਾ ਹੀ ਨਹੀਂ ਹੈ। ਤੇ ਸਾਰਾ ਕੁਝ ਤਾਂ ਇੱਥੇ ਹੀ ਹੈ। ਐਸੀ ਅਵਸਥਾ ਦੇ ਵਿੱਚ ਜਦੋਂ ਗੁਰੂ ਦੇਖਦਾ ਉਹ ਆਂਦਾ ਇਹ ਜਿਹੜਾ ਮਨ ਹੈ ਇਹ ਅਕਲ ਤੋਂ ਅੰਨਾ ਹੋ ਗਿਆ ਹੈ। ਤੇ ਜਿਹੜਾ ਮਨ ਅਕਲ ਤੋਂ ਅੰਨਾ ਹੋ ਗਿਆ ਉਹ ਗੁਰੂ ਦੀ ਵੀ ਗੱਲ ਨਹੀਂ ਸੁਣਦਾ। ਤੇ ਗੁਰੂ ਸਮਝਾਉਂਦਾ ਹੈ ਪਰ ਉਹ ਪਾਸੇ ਕਰ ਦਿੰਦਾ ਹੈ। ਅੱਜ ਬਹੁਤ ਸਾਰੇ ਐਸੇ ਮਨ ਜਿਹੜੇ ਗੁਰੂ ਪਿਤਾ ਦੀ ਗੱਲ ਜਿਹੜੇ ਨੇ ਉਹ ਨਹੀਂ ਸੁਣਦੇ ਤੇ ਆਪਣੇ ਹੀ ਵਿਚਾਰਾਂ ਦੇ ਵਿੱਚ ਲੱਗੇ ਹੋਏ ਸੰਸਾਰ ਦੇ ਵਿੱਚ ਭੱਜੇ ਫਿਰਦੇ ਨੇ ਤੇ ਗੁਰੂ ਸਮਝਾ ਰਿਹਾ ਹੈ ਪਰ ਉਹਨਾਂ ਨੂੰ ਆਪਣੇ ਘਰ ਦਾ ਪਤਾ ਨਹੀਂ ਲੱਗਦਾ ਤੇ ਐਸੇ ਮਨ ਨੂੰ ਗੁਰਬਾਣੀ ਦੇ ਵਿੱਚ ਸਾਖਤ ਕਿਆ ਹੈ ਐਸੇ ਮਨ ਨੂੰ ਗੁਰਬਾਣੀ ਦੇ ਅੰਦਰ ਮਨਮੁਖ ਕਿਆ ਹੈ ਤੇ ਮਨਮੁਖ ਦੀ ਨਿਸ਼ਾਨੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਈ ਹੋਈ ਹੈ ਤੇ ਮਾਰੇ ਫਰਮਾਨ ਕਰਦੇ ਨੇ ਬੱਜਰ ਕਪਾਟ ਕਾਇਆ ਗੜ ਭੀਤਰ ਕੋੜ ਕੋ ਸਤ ਅਭਮਾਨੇ ਭਰਮ ਭੂਲੇ ਨਦਰੀ ਨ ਆਵਨੇ ਮਨਮੁਖ ਅੰਧ ਅਗਿਆਨੀ ਐਨੇ ਮਨ ਜਿਹੜੇ ਨੇ ਅਗਿਆਨਤਾ ਦੇ ਵਿੱਚ ਚਲੇ ਗਏ ਨੇ ਗੁਰੂ ਸਮਝਾਉਂਦਾ ਹੈ ਕਿ ਤੁਹਾਡੇ ਅੰਦਰ ਬੈਠਾ ਹੋਇਆ ਹੈ ਲੇਕਿਨ ਉਹ ਪਰਮ ਦੇ ਵਿੱਚ ਲੱਗੇ ਗਏ ਉਹਨਾਂ ਨੇ ਅੰਦਰ ਜਾਣ ਦੀ ਬਜਾਏ ਬਾਹਰ ਹੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਸੇ ਨੇ ਪੱਥਰ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਤੀਰਥਾਂ ਦਾ ਰਟਨ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਸੇ ਨੇ ਭਰਮ ਦੇ ਵਿੱਚ ਪੈ ਕੇ ਐਸੀ ਅਵਸਥਾ ਦੇ ਵਿੱਚ ਨਗਨ ਫਿਰਨਾ ਸ਼ੁਰੂ ਕਰ ਦਿੱਤਾ ਅਸਲ ਨਿਰੰਕਾਰ ਪਰਮੇਸ਼ਰ ਜੀ ਦਾ ਕਿਸੇ ਨੂੰ ਵੀ ਗਿਆਨ ਪ੍ਰਾਪਤ ਨਹੀਂ ਹੋਇਆ ਐਸੀ ਅਵਸਥਾ ਵਿੱਚ ਚੱਲ ਰਹੇ ਨੇ ਸਾਰੇ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਾਰੇ ਸੰਸਾਰ ਦਾ ਚੱਕਰ ਲਾ ਕੇ ਇੱਥੇ ਕਰਤਾਰਪੁਰ ਦੀ ਧਰਤੀ ਤੇ ਆ ਕੇ ਬਰਾਜਮਾਨ ਹੋਏ ਨੇ ਸੰਗਤਾਂ ਨੂੰ ਆਪਦੇਸ਼ ਦੇ ਰਹੇ ਨੇ ਜਿਹੜੇ ਜਗਿਆਸੂ ਨੇ ਗੁਰੂ ਦੀ ਸ਼ਰਨ ਵਿੱਚ ਆ ਰਹੇ ਨੇ ਤੇ ਇੱਥੇ ਚਲਦੇ ਆ ਚਲਦੇ ਆ ਭਾਈ ਲੈਣਾ ਜੀ ਇੱਕ ਦਿਨ ਪਹੁੰਚਦੇ ਨੇ ਹੁਣ ਇਥੋਂ ਆਪਾਂ ਗਿਆਨ ਤੇ ਸਿੱਖਿਆ ਪ੍ਰਾਪਤ ਕਰਨੀ ਹੈ ਬਹੁਤ ਸਾਰੇ ਮਨ ਐਨੇ ਪਰਪੱਕ ਹੋ ਜਾਂਦੇ ਨੇ ਉਹ ਗੁਰੂ ਦੇ ਆਪਦੇਸ਼ ਨੂੰ ਨਹੀਂ ਸੁਣਦੇ ਜੋ ਉਹਨਾਂ ਨੇ ਆਪਣੇ ਜੀਵਨ ਵਿੱਚ ਸਮਝਿਆ ਉਹਨੂੰ ਹੀ ਦ੍ਰੜ ਕਰ ਲੈਂਦੇ ਨੇ ਤੇ ਦੂਸਰੇ ਦੀ ਗੱਲ ਸੁਣਨੀ ਨਹੀਂ ਚਾਹੁੰਦੇ ਮਨ ਦੇ ਅੰਦਰ ਗੰਜੈਸ਼ ਨਹੀਂ ਰੱਖਦੇ ਸਾਨੂੰ ਥੋੜੀ ਜੀ ਗੰਜੈਸ਼ ਰੱਖਣੀ ਚਾਹੀਦੀ ਹੈ ਭਾਈ ਲੈਣਾ ਜੀ ਦੇ ਅੰਦਰ ਗੰਜੈਸ਼ ਸੀ ਦੇਵੀ ਦੀ ਪੂਜਾ ਕਰਦੇ ਸੀ ਪੱਥਰ ਦੀ ਪੂਜਾ ਕਰਦੇ ਸੀ ਪਰ ਗੰਜੈ ਸੀ ਅੰਦਰ ਕਰਤਾਰਪੁਰ ਪਹੁੰਚੇ ਨੇ ਗੁਰੂ ਨਾਨਕ ਦੇਵ ਜੀ ਨਾਲ ਮਲਾਪ ਹੋਇਆ ਤੇ ਸਹਿਬ ਪੁੱਛਣ ਲੱਗੇ ਲੈਣਾ ਜੀ ਕਿੱਧਰ ਜਾ ਰਹੇ ਹੋ ਤੇ ਦੱਸਿਆ ਵੀ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਹੋ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਲੈਣਾ ਜੀ ਜਦੋਂ ਦੇਵੀ ਦੇ ਕੋਲ ਜਾਂਦੇ ਹੋ ਕੀ ਬਚਨ ਕਰਦੀ ਹੈ ਤੁਹਾਨੂੰ ਕੀ ਉਪਦੇਸ਼ ਦਿੰਦੀ ਹੈ ਕੋਈ ਸੁਣਾਓ ਤੇ ਲੈਣਾ ਜੀ ਕਹਿਣ ਲੱਗੇ ਜੀ ਉਹ ਤਾਂ ਪੱਥਰ ਦੀ ਮੂਰਤੀ ਹੈ ਉਹ ਤੇ ਬੋਲਦੀ ਨਹੀਂ ਅਸੀਂ ਸਗੋਂ ਭੇਟਾ ਗਾਉਂਦੇ ਜਾਂਦੇ ਤੇ ਗਾਉਂਦੇ ਆ ਜਾਂਦੇ ਹਾਂ ਉਹ ਨਹੀਂ ਬੋਲਦੀ ਤੇ ਮਾਰੇ ਹਸਪੈ ਆਦੇ ਲੈਣਾ ਜੀ ਉਹ ਪੱਥਰ ਦੀ ਮੂਰਤੀ ਵਾਸਤੇ ਐਡੀ ਦੌਰ ਜੇ ਤੁਹਾਨੂੰ ਅਸਲੀ ਦੇਵੀ ਦੇਵਤਿਆਂ ਦੇ ਦਰਸ਼ਨ ਕਰਾ दिए ਤੇ ਆਂਦੇ ਹੋਰ ਕੀ ਚਾਹੀਦਾ ਸਾਨੂੰ ਆਂਦੇ ਰਾਤ ਰੁਕਣਾ ਪਏਗਾ ਰੁਕ ਗਏ ਤੇ ਸਵੇਰ ਜਿਸ ਤਰ੍ਹਾਂ ਹੁਣ ਆਪਾਂ ਸਤਿਗੁਰੂ ਦੀ ਜਿੱਥੇ ਮਾਰੇ ਦਾ ਪ੍ਰਕਾਸ਼ ਅਸਥਾਨ ਬਣਾਇਆ ਸੇਵਾ ਕੀਤੀ ਹੋਏਗੀ ਤੁਸੀਂ ਸਵੇਰ ਸਾਰਿਆਂ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਬੈਠਦੇ ਸੰਗਤਾਂ ਨੂੰ ਉਪਦੇਸ਼ ਦਿੰਦੇ ਓਥੇ ਸਵੇਰ ਬੀਬੀਆਂ ਤੇ ਗੁਰਮਖ ਸੇਵਾ ਕਰ ਰਹੇ ਸਫਾਈ ਕਰ ਰਹੇ ਨੇ ਗੁਰਮਖ ਜਲਤਰਾਉ ਕਰੇ ਬੀਬੀਆਂ ਝਾੜੂ ਦੇ ਰਹੀਆਂ ਗੁਰੂ ਨਾਨਕ ਦੇਵ ਜੀ ਕਰਨ ਲੈਣਾ ਜੀ ਦੇਖੋ ਉਹ ਦੇਵੀਆਂ ਤੇ ਦੇਵਤੇ ਨਜ਼ਰ ਆ ਰਹੇ ਉਹਨਾਂ ਜਦੋਂ ਧਿਆਨ ਨਾਲ ਦੇਖਿਆ ਤੇ ਕਹਿਣ ਲੱਗੇ ਪਾਸ਼ਾ ਇਹ ਤਾਂ ਸਾਡੇ ਵਰਗੀਆਂ ਹੀ ਸਧਾਰਨ ਮਨੁੱਖ ਨੇ ਤੇ ਸਾਡੇ ਘਰਾਂ ਵਰਗੀਆਂ ਬੀਬੀਆਂ ਨੇ ਤੇ ਮarre ਕਹਿਣ ਲੱਗੇ ਹਾਂਜੀ ਜਿਹੜੀ ਵੀ ਔਰਤ ਸਤੋਗੁਣੀ ਹੈ ਪਤੀ ਵਰਤਾ ਹੈ ਉਹ ਦੇਵੀ ਹੈ ਤੇ ਜਿਹੜਾ ਮਨੁੱਖ ਗੁਰਮੁਖ ਆਦਮੀ ਸਤੋਗੁਣੀ ਹੈ ਜਤੀ ਸਤੀ ਹੈ ਉਹ ਦੇਵਤਾ ਹੈ ਉਹਾਂ ਦੇ ਇਹ ਗੁਣ ਤਾਂ ਸਾਡੇ ਵਿੱਚ ਵੀ ਨਹੀਂ ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇਸ ਦੇਵ ਲੋਕ ਦੇ ਵਿੱਚ ਵੀ ਮੁਕਤੀ ਨਹੀਂ ਹੈ ਇਹ ਗੁਣ ਤਾਂ ਚੰਗੇ ਹਨ ਪਰ ਇਥੇ ਵੀ ਤੁਸੀਂ ਅਮਰ ਪਦਵੀ ਪ੍ਰਾਪਤ ਨਹੀਂ ਕਰ ਸਕਦੇ ਮੌਕਾ ਤੁਹਾਨੂੰ ਫੇਰ ਆਉਣਾ ਪਏਗਾ ਹਾਂਦੇ ਫੇਰ ਕੀ ਕਰੀਏ ਅਸੀਂ ਤਾਂ ਜੀਵਨ ਮੁਕਤ ਹੋਣਾ ਚਾਹੁੰਦੇ ਹਾਂ ਅਮਰ ਹੋਣਾ ਚਾਹੁੰਦੇ ਹਾਂ ਤੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਤੇ ਪਾਸ਼ਾ ਕਹਿਣ ਲੱਗੇ ਫਿਰ ਉਹ दैਵੀ ਸ਼ਕਤੀ ਤੁਹਾਡੇ ਅੰਦਰ ਹੈ ਉਹ ਬ੍ਰਹਮ ਜਿਹੜਾ ਹੈ ਉਹਦੀ ਪੂਜਾ ਕਰਨੀ ਪੈਗੀ ਉਹ ਤੁਹਾਡੇ ਅੰਦਰ ਬੈਠਾ ਹੋਇਆ ਹੈ ਤੇ ਉਥੇ ਜੋ ਪਾਸ਼ਾ ਨੇ ਬਚਨ ਕੀਤੇ ਉਹ ਗੁਰਬਾਣੀ ਵਿੱਚ ਦਰਜ ਹੋ ਗਏ ਤੇ ਗੁਰੂ ਨਾਨਕ ਦੇਵ ਫਰਮਾਉਣ ਲੱਗੇ ਅੰਤਰ ਪੂਜਾ ਥਾਨ ਮਰਾਰਾ ਜੋਤੀ ਜੋਤ ਮਿਲਾਵਣ ਹਾਰ ਤੁਹਾਨੂੰ ਅੰਦਰ ਪੂਜਾ ਕਰਨੀ ਪੈਗੀ ਤੇ ਮਨ ਦੀ ਜੋਤ ਉਸ ਨਿਰੰਕਾਰ ਦੀ ਜੋਤ ਵਿੱਚ ਜਦੋਂ ਅਪੇਧ ਹੋ ਗਈ ਅਮਰ ਹੋ ਜਾਊਗਾ ਅੰਦਰ ਪੂਜਾ ਕਰਨੀ ਪੈਗੀ ਤੇ ਮਿਲਦੇ ਤੜਸੀ ਗੰਜੈਸੀ ਸੁਹਰੇ ਸਾਥੀਆਂ ਨੂੰ ਜਵਾਬ ਦੇ ਦਿੱਤਾ ਕਿ ਹੁਣ ਮੈਂ ਨਹੀਂ ਜਾ ਰਿਹਾ ਤੁਹਾਡੇ ਨਾਲ ਮੈਂ ਜੋ ਲੱਭਣਾ ਸੀ ਲੱਭ ਗਿਆ ਤੇ ਹੁਣ ਮੈਂ ਇੱਥੇ ਰਾਂਗਾ ਤੇ ਭਾਈ ਲੈਣਾ ਜੀ ਨੇ ਉੱਥੇ ਲੰਮਾ ਸਮਾਂ ਅਭਿਆਸ ਕੀਤਾ ਐਸੀ ਅਵਸਥਾ ਪ੍ਰਾਪਤ ਕੀਤੀ ਮਨ ਦੀ ਜੋਤ ਉਸ ਨਿਰੰਕਾਰ ਦੀ ਜੋਤ ਵਿੱਚ ਲੀਨ ਹੋ ਗਈ ਇੱਕ ਰੂਪ ਹੋ ਗਏ ਬਾਣੀ ਚ ਫਰਮਾਉਂਦੇ ਨੇ ਇੱਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ ਜਦੋਂ ਇੱਕ ਰੂਪ ਹੋ ਗਏ ਉਦਰੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਪਸ ਸੱਚ ਦੇ ਵਿੱਚ ਸਮਾਉਣਾ ਹੈ ਜਾਣਾ ਹੈ ਤੇ ਸਾਰੀ ਸੰਗਤ ਨੂੰ ਇਕੱਠਿਆਂ ਕੀਤਾ ਤੇ ਫਰਮਾਉਣ ਲੱਗੇ ਅਸੀਂ ਵਾਪਸ ਜਾ ਰਹੇ ਹਾਂ ਸਾਡੇ ਕੋਲ ਜਿਹੜਾ ਖਜ਼ਾਨਾ ਹੈ ਉਸ ਨੂੰ ਬਖਸ਼ਿਸ਼ ਕਰਾਂਗੇ ਜਿਹੜਾ ਤੁਹਾਡੇ ਵਿੱਚੋਂ ਸਭ ਤੋਂ ਪਹਿਲਾਂ ਸਾਨੂੰ ਸੁੰਨ ਮੰਡਲ ਵਿੱਚ ਆ ਕੇ ਮਿਲੇਗਾ ਕਿਉਂਕਿ ਉਹ ਜਿਹੜਾ ਖਜ਼ਾਨਾ ਹੈ ਉਸ ਇਲਾਕੇ ਵਿੱਚੋਂ ਲੈ ਕੇ ਅਸੀਂ ਆਏ ਹਾਂ ਉਹ ਜਿਹੜਾ ਖਜ਼ਾਨਾ ਹੈ ਉਸ ਨੂੰ ਅਕਤ ਕਥਾ ਦਾ ਖਜ਼ਾਨਾ ਕਹਿੰਦੇ ਨੇ ਉਹ ਅਕਤ ਕਥਾ ਦਾ ਖਜ਼ਾਨਾ ਉਦੋਂ ਬਖਸ਼ਿਸ਼ ਹੁੰਦਾ ਹੈ ਜਦੋਂ ਮਨ ਉਨਮਨ ਦੇ ਵਿੱਚ ਰਹਿੰਦਾ ਹੈ ਜਿਹਨੂੰ ਮਹਾਰਾਜ ਫਰਮਾਨ ਕਰਦੇ ਨੇ ਪਈ ਐਸੀ ਅਵਸਥਾ ਦੇ ਵਿੱਚ ਜਦੋਂ ਉਸ ਮਾਲਕ ਨੂੰ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਦੇਖ ਲੈਂਦਾ ਹੈ ਜਨਕ ਸੋਏ ਜਣ ਜਾਣਿਆ ਊਨਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅપરા ਸਰ ਭਰਿਆ ਆ ਕਥ ਕਥਾ ਅਮਰਾਪੁਰੀ ਜਿਸ ਦੇਸ ਉਹ ਪਾਵੇ ਉਹ ਖਜ਼ਾਨਾ ਉਸ ਨੂੰ ਮਿਲੇਗਾ ਜਿਹੜਾ ਸਭ ਤੋਂ ਪਹਿਲਾਂ ਸੁੰਨ ਮੰਡਲ ਵਿੱਚ ਆਏਗਾ ਤੇ ਭਾਈ ਲੈਣਾ ਜੀ ਨੇ ਇਹਨਾਂ ਅਭਿਆਸ ਕੀਤਾ ਤੇ ਸਭ ਤੋਂ ਪਹਿਲਾਂ ਦੇਹ ਤੋਂ ਬਦੇਹ ਹੋ ਕੇ ਸੁੰਨ ਮੰਡਲ ਵਿੱਚ ਪਹੁੰਚੇ ਤੇ ਉੱਥੇ ਉਹਨਾਂ ਨੂੰ ਉਹ ਸਾਰਾ ਖਜ਼ਾਨਾ ਬਖਸ਼ਿਸ਼ ਹੋਇਆ ਤੇ ਮਾਰੇ ਕਹਿੰਦੇ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਜ ਭੂਤ ਵਸ ਕੀਤੇ ਜਮਤਨਾ ਤਰਾਸ ਤੇ ਭਾਈ ਲੈਣਾ ਜੀ ਕਿਵੇਂ ਉੱਥੇ ਪ੍ਰਵੇਸ਼ ਹੋਏ ਉਹਨਾਂ ਨੇ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ ਉਹ ਵਜਨ ਵੀ ਗੁਰਬਾਣੀ ਵਿੱਚ ਦਰਜ ਹੋ ਗਏ ਜੋ ਭਾਈ ਲੈਣਾ ਜੀ ਜਿਵੇਂ ਗਏ ਦੋ ਨਾਂ ਲਿਖ ਦਿੱਤਾ ਤੇ ਫਰਮਾਉਣ ਲੱਗੇ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਨਣਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੇਹਵਾ ਬਾਝੋਂ ਬੋਲਣਾ ਇਉਂ ਜੀਵਤ ਮਰਣਾ ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ ਆਂਦੇ ਨੇ ਉਸ ਅਵਸਥਾ ਦੇ ਵਿੱਚ ਜਾ ਕੇ ਮਿਲਿਆ ਜਾ ਸਕਦਾ ਹੈ ਇਹ ਨੌਂ ਦਰਾਂ ਤੋਂ ਅਤੀਤ ਹੋ ਕੇ ਸ਼ਬਦ ਵਿੱਚ ਜਦੋਂ ਮਨ ਸਮਾ ਜਾਂਦਾ ਹੈ ਤੇ ਜਿੱਥੇ ਜਾ ਕੇ ਸ਼ਬਦ ਸਮਾਉਂਦਾ ਹੈ ਉਹ ਆਪਣਾ ਅਸਲੀ ਕਰ ਹੈ ਤੇ ਉਹਦੀ ਨਿਸ਼ਾਨੀ ਮਹਾਰਾਜ ਫਰਮਾਉਂਦੇ ਨੇ ਉੱਚੋ ਥਾਨ ਸੁਹਾਵਣੋ ਉਪਰ ਮਹਿਲ ਮਰਾਰ ਸੱਚ ਕਰਨੀ ਤੇ ਪਾਈਏ ਦਰ ਘਰ ਮਹਿਲ ਪਿਆਰ ਸਾਰਾ ਖਜ਼ਾਨਾ ਭਾਈ ਲੈਣਾ ਜੀ ਨੂੰ ਬਖਸ਼ਿਸ਼ ਹੋਇਆ ਅੰਗ ਦੇ ਨਾਲ ਅੰਗ ਮਿਲਿਆ ਤੇ ਨਾ ਅੰਗਦ ਰੱਖ ਦਿੱਤਾ ਗਿਆ ਇਸੇ ਤਰ੍ਹਾਂ ਵਿਚਰਦੇ ਸੀ ਗੁਰੂ ਅਮਰਦਾਸ ਜੀ ਬਾਈ ਵਾਹ ਹਰਦوار ਗਏ ਤੇ ਜਿੱਤ ਕੇ ਆਏ ਲੇਕਿਨ ਅੰਦਰ ਚਾਹਨਾ ਸੀ ਮਲਾਪ ਦੀ ਰਸਤਾ ਨਹੀਂ ਸੀ ਮਿਲਦਾ ਤੇ ਹੌਲੀ ਹੌਲੀ ਗਿਆਨ ਦੀ ਹੋਂਮੇ ਹੋ ਗਈ ਹੁਣ ਐਨੀ ਹੋਂਮੇ ਹੋ ਗਈ ਤੇ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਆਪਰੇ ਇਲਾਕੇ ਦੇ ਵਿੱਚ ਹੀ ਨੇੜੇ ਰਹਿੰਦੇ ਸੀ ਬਾਸਰ ਕੇ ਪਿੰਡ ਗੁਰਮਖਾਏ ਕਿਸੇ ਨੇ ਦੱਸਿਆ ਵੀ ਤੁਹਾਡੇ ਵਰਗਾ ਹੀ ਅਮਰਦਾਸ ਇੱਥੇ ਰਹਿੰਦਾ ਉਦੇ ਘਰ ਚਲੇ ਜੋ ਰਾਤ ਅੱਛੀ ਟੱਪ ਜੇਗੀ ਤੇ ਰਾਜ ਜਦੋਂ ਭਾਈ ਅਮਰਦਾਸ ਜੀ ਦੇ ਘਰ ਗਏ ਹਾਲੇ ਗੁਰਿਆਈ ਨਹੀਂ ਮਿਲੀ ਸੰਗਤੀ ਨਹੀਂ ਕੀਤੀ ਉਥੇ ਜਦੋਂ ਸਤਕਾਰ ਕੀਤਾ ਦੇਖਿਆ ਗੁਰਮੁਖਾਏ ਨੇ ਹੱਥ ਨੂੰ ਧਵਾ ਕੇ ਤੇ ਪ੍ਰਸ਼ਾਦਾ ਭੋਜਨ ਰੱਖਿਆ ਅੱਗੇ ਅਮਰਦਾਸ ਜੀ ਨੇ ਤੇ ਜਦੋਂ ਰੱਖਿਆ ਉਹਨਾਂ ਨੇ ਸਹਿਸਵਾ ਪੁੱਛ ਲਿਆ ਅਮਰਦਾਸ ਜੀ ਬੜੀਆਂ ਅੱਛੀਆਂ ਗੱਲਾਂ ਕਰਦੇ ਹੋ ਤੇ ਤੁਹਾਡਾ ਗੁਰੂ ਕੌਣ ਹੈ ਉਹ ਕਹਿ ਲੱਗੇ ਜੀ ਗੁਰੂ ਤਾਂ ਮੈਂ ਕੋਈ ਤਾਰਨ ਨਹੀਂ ਕੀਤਾ ਤੇ ਗੁਰਮਖਾਂ ਦੇ ਮੂੰਹੋਂ ਸੁਭਾਅ ਨਿਕਲਿਆ ਪੇ ਅਸੀਂ ਤੁਹਾਡਾ ਭੋਜਨ ਨਹੀਂ ਛੱਕ ਸਕਦੇ ਫਿਰ ਜਦੋਂ ਉਹ ਸ਼ਬਦ ਦੀ ਝੋਟ ਵੱਜੀ ਤੇ ਅੰਦਰ ਕਰੋਧ ਪੈਦਾ ਹੋਇਆ ਪੇ ਮੈਨੂੰ ਜੋ ਮਰਜ਼ੀ ਪੁੱਛੋ ਮੈਂ ਸਾਰਾ ਕੁਝ ਦੱਸਾਂਗਾ ਅੱਜ ਵੀ ਇਹੋ ਜੀ ਅਵਸਥਾ ਹੈ ਦੋ ਚਾਰ ਗੱਲਾਂ ਜੀ ਪੜ ਲੈਂਦੇ ਨੇ ਉਹ ਆਂਦੇ ਨੇ ਸਾਨੂੰ ਗੁਰੂ ਕੋਲ ਜਾਣ ਦੀ ਲੋੜ ਹੀ ਨਹੀਂ ਹੈ ਸਾਨੂੰ ਗੁਰੂ ਧਾਰਨ ਕਰਨ ਦੀ ਲੋੜ ਹੀ ਨਹੀਂ ਸਾਨੂੰ ਤੇ ਸਾਰਾ ਗਿਆਨ ਹੋ ਗਿਆ ਸਾਨੂੰ ਤੇ ਸਾਰਾ ਕੁਝ ਹੀ ਪਤਾ ਹੈ ਜੋ ਮਰਜੀ ਪੁੱਛ ਲੋ ਤੇ ਪਤਾ ਕੀ ਹੈ ਜਦੋਂ ਪੁੱਛਦੇ ਨੇ ਕੋਈ ਗੱਲ ਤੇ ਪਤਾ ਹੁੰਦੀ ਨਹੀਂ ਕੋਈ ਤੇ ਮਾਰੇ ਕਹਿੰਦੇ ਨੇ ਨੱਚ ਦੁਰਲਬੰਗ ਭੋਜਨੰਗ ਵਿੰਜਨੰਗ ਨੱਚ ਦੁਰਲਬੰਗ ਸ਼ਵਸ਼ ਅੰਬਰ ਹੈ ਇਸ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾ ਲੈਣੇ ਖਾ ਲੈਣੇ ਇਹ ਕੋਈ ਵੱਡੀ ਗੱਲ ਨਹੀਂ ਹੈ। ਇਹੋ ਕੁਝ ਹੀ ਸਿੱਖਿਆ ਹੈ ਅੱਜ ਤੱਕ। ਲੀੜਾ ਕੱਪੜਾ ਕਿਵੇਂ ਪਾਉਣਾ ਹੈ। ਭੋਜਨ ਕਿਵੇਂ ਬਣਾਉਣੇ ਨੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ। ਨੱਚ ਦੁਰਲਵੰਗ ਸੁੱਤ ਮਿੱਤਰ ਭਰਾਤ ਬੰਧਵੇ। ਨੱਚ ਦੁਰਲਵੰਗ ਬਣੇ ਤਾਂ ਬिलास। ਸੰਸਾਰ ਦੇ ਵਿੱਚ ਰਿਸ਼ਤੇਦਾਰੀਆਂ ਵਿੱਚ ਵਿਚਰਨਾ ਬਹੁਤੀ ਵੱਡੀ ਗੱਲ ਨਹੀਂ। ਆਪਣੀ ਪਤਨੀ ਦੇ ਨਾਲ ਚੰਗੀਆਂ ਗੱਲਾਂ ਕਰਨੀਆਂ ਜੀਵਨ ਬਤਾ ਲੈਣਾ ਚੰਗੀ ਗੱਲ ਨਹੀਂ ਹੈ ਮਰ ਕਹਿੰਦੇ ਨੱਚ ਦੁਰਲਭੰ ਵਿਦਿਆ ਪਰਵੀਣ ਤਰ੍ਹਾਂ ਤਰ੍ਹਾਂ ਦੀ ਵਿਦਿਆ ਦੇ ਵਿੱਚ ਪਰਵੀਣ ਹੋ ਜਾਣਾ ਬਹੁਤ ਹੀ ਵੱਡੀ ਗੱਲ ਨਹੀਂ ਹੈ ਨੱਚ ਦੁਰਲਭੰ ਚਤਰ ਚੰਚਲੇ ਦੁਰਲਭੰ ਏਕ ਭਗਵਾਨ ਨਾਮੈ ਨਾਨਕ ਲਬਦੇੰ ਸਾਧ ਸੰਗ ਕਿਰਪਾ ਪ੍ਰਭੰ ਜਿਸ ਸੰਸਾਰ ਦੇ ਵਿੱਚ ਕੋਈ ਦੁਰਲਭ ਸੇ ਪ੍ਰਾਪਤ ਕੀਤੇ ਤੇ ਉਹ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦਾ ਮਲਾਪ ਹੈ। ਉਹਾਂ ਦੇ ਮੈਨੂੰ ਤਾਂ ਲੋੜ ਹੀ ਨਹੀਂ ਗੁਰੂ ਦੀ ਜਿਸਾਂ ਕਈ ਅੱਜਕੱਲ ਕਹਦੇ ਨੇ। ਮਨ ਨੂੰ ਜੋ ਮਰਜੀ ਪੁੱਛੋ। ਗੁਰਮਖੰਦੇ ਸੀ ਬਹਿਸ ਨਹੀਂ ਕਰਨੀ। ਉਹਾਂ ਦੇ ਫਿਰ ਵੀ ਪੁੱਛੋ। ਉਹਨਾਂ ਨੇ ਸਹਿਸਵਾ ਪੁੱਛਿਆ ਕਹਿੰਦੇ ਜੇ ਮੈਂ ਤੁਹਾਡੀ ਗੱਲ ਦਾ ਜਵਾਬ ਨਾ ਦੇ ਸਕਿਆ ਬੇਸ਼ੱਕ ਨਾ ਖਾਇ ਜ ਰੋਟੀ। ਤੇ ਉਹ ਗੁਰਮੁਖ ਸਹਿਸ ਬਾਪੂਛਣ ਲੱਗੇ ਅਮਰਦਾਸ ਜੀ ਜਦੋਂ ਤੁਸੀਂ ਨਿਜ ਮਹਿਲ ਵਿੱਚ ਜਾਂਦੇ ਹੋ ਤੇ ਉੱਥੇ ਪਰਮਾਤਮਾ ਨਾਲ ਤੁਹਾਡੀਆਂ ਕਿਵੇਂ ਗੱਲਾਂ ਹੁੰਦੀਆਂ ਨੇ ਕਿਸੇ ਦੇ ਬਚਨ ਸੁਣਦੇ ਹੋ ਉੱਥੋਂ ਦੀ ਕੋਈ ਗੱਲ ਸੁਣਾ ਦਿਓ ਕਿਉਂਕਿ ਮਾਲਕ ਗੱਲਾਂ ਕਰਦਾ ਹੈ ਸਾਡੇ ਨਾਲ ਮਹਾਰਾਜ ਬਾਣੀ ਚ ਦੱਸਦੇ ਤਾ ਚੋ ਭੇਤਰ ਮਹਿਲ ਬਲਾਵੇ ਪੁੱਛੋ ਬਾਤ ਨਰੰਤੀ ਜਦੋਂ ਗੁਰਮੁਖ ਨਿਜ ਮਹਿਲ ਵਿੱਚ ਜਾਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦਾ ਹੈ ਬੋਲਦਾ ਹੈ ਕਿਉਂਕਿ ਉੱਥੇ ਬੈਠਾ ਹੋਇਆ ਹੈ ਮਰ ਕਹਿੰਦੇ ਨੇ ਸੁੰਨ ਸਮਾਦ ਗੁਫਾ ਤੇ ਆਸਨ ਕੇਵਲ ਬ੍ਰਹਮਪੂਰਨ ਤੇ ਵਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਕ ਨਾ ਸੋਗ ਨਾ ਜਨਮ ਨ ਅਮਰਤ ਜਦੋਂ ਨਿਜਮਲ ਵਜਾਂਦੇ ਹੋ ਕਿਵੇਂ ਗੱਲਬਾਤ ਕਰਦਾ ਤੂੰ ਤਾਂ ਮੈਂ ਤਾਂ ਨਿਜਮਲ ਵਿੱਚ ਕਦੀ ਗਿਆ ਹੀ ਨਹੀਂ ਤੋਂ ਹਾਂ ਤੇ ਇਹੀ ਤਾਂ ਗੁਰੂ ਨੇ ਦੱਸਣਾ ਸੀ ਭੂਲਾ ਮਾਰਗ ਤੇ ਗੁਰੂ ਨੇ ਲਾਉਣਾ ਸੀ ਤੇ ਸੰਸਾਰ ਦਾ ਗਿਆਨ ਇਕੱਠਾ ਕਰ ਲਿਆ ਤੇ ਗੁਰੂ ਨੇ ਤਾਂ ਦੱਸਣਾ ਸੀ ਨਿਜ ਮਹਿਲ ਵਿੱਚ ਕਿਵੇਂ ਜਾਣਾ ਹੈ ਤੇ ਤੁਸੀਂ ਤਾਂ ਗੁਰੂ ਦੀ ਛਣ ਵਿੱਚ ਨਹੀਂ ਆਏ ਹਾਂ ਹਾਂ ਤੇ ਮੈਂ ਅੱਜ ਹੀ ਗੁਰੂ ਧਰਨ ਕਰਨਾ ਚਾਹੁੰਦਾ ਤੇ ਅਗਲੇ ਦਿਨ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਜੋ ਉਹਨਾਂ ਦੇ ਭਤੀਜੇ ਉਹ ਨੌ ਸੀ ਗੁਰੂ ਅੰਗਦ ਦੇਵ ਜੀ ਦੇ ਕੋਲ ਗਏ ਜਦੋਂ ਉੱਥੇ ਗਏ ਤੇ ਉਹਨਾਂ ਨੇ ਬਠਾ ਦਿੱਤਾ ਉਹ ਥੱਲੇ ਬਹਿ ਗਿਆ ਆਂਦੇ ਅਮਰਦਾਸ ਜੀ ਕੀ ਗੱਲ ਹੋ ਗਈ ਆਂਦੇ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਮੈਂ ਰੱਬ ਨੂੰ ਪਰਮਾਤਮਾ ਨੂੰ ਮਿਲਣਾ ਚਾਹੁੰਨਾ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਨਾ ਤੇ ਮਹਾਰਾਜ ਹੱਸ ਪਏ ਆਂਦੇ ਅਮਰਦਾਸ ਜੀ ਗੁਰੂ ਧਾਰਨ ਕਰਨ ਵਾਸਤੇ ਦੋ ਗੱਲਾਂ ਛੱਡਣੀਆਂ ਪੈਣੀਆਂ ਤੇ ਤੁਹਾਡੇ ਅੰਦਰ ਭਰੀਆਂ ਹੋਈਆਂ ਨੇ ਦੋਵੇਂ ਤੇ ਕਿਹੜੀਆਂ ਨੇ ਉਹ ਦੱਸਦੇ ਨੇ ਬਾਣੀ ਵਿੱਚ ਸੁਣ ਸਕੀਏ ਪਰ ਆਪੇ ਮਿਲਣ ਦੀ ਇਹ ਨਿਸ਼ਾਨੀ ਹਉਮੇ ਤਜ ਲੋਕ ਲ ਕਰਨੀ ਇੱਕ ਤਾਂ ਤੁਹਾਨੂੰ ਗਿਆਨ ਦੀ ਹਉਮੇ ਬੜੀ ਹੈ ਤੇ 22 ਵਾਰ ਤੁਸੀਂ ਜਿੱਤ ਕੇ ਆਏ ਹੋ ਹਰ ਦੁਆਰ ਤੋਂ ਤੇ ਕਿੰਨਾ ਗਿਆਨ ਹੈ ਇਹ ਗਿਆਨ ਤੁਹਾਨੂੰ ਕਿਸੇ ਪਾਸੇ ਨਹੀਂ ਲਗਣ ਦਿੰਦਾ ਕਿਉਂਕਿ ਗੰジャਇਸ਼ ਖਤਮ ਕਰ ਦਿੰਦਾ ਹੈ ਆਉਂਦੇ ਜੀ ਗਿਆਨ ਮੈਂ ਸਾਰਾ ਸਾੜ ਕੇ ਆਇਆ ਆਪਣਾ ਛੱਡ ਕੇ ਆਇਆ ਤੇ ਦੂਸਰੀ ਲੋਕ ਲਜਾ ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਮੈਂ ਤੁਹਾਡੀ ਸੇਵਾ ਕਰਾਂਗਾ ਲੋਕ ਜੋ ਮਰਜ਼ੀ ਕਹਿਣ ਵੀ ਇਹ ਕੁੜਮਾਂ ਦੀ ਸੇਵਾ ਕਰਦਾ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਉਥੇ ਫਿਰ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਤੇ ਜਦੋਂ ਸਾਰਾ ਸਮਝਾਇਆ ਉਪਦੇਸ਼ ਦਿੱਤਾ ਤੇ ਫਿਰ ਮਾਰੇ ਕਹਿਣ ਲੱਗੇ ਵੀ ਜੇ ਤੁਹਾਡੇ ਮਨ ਵਿੱਚ ਕੋਈ ਹੱਲੇ ਵੀ ਸ਼ੰਕਾ ਹੈ ਤਾਂ ਪੁੱਛ ਲਓ ਅੰਤਰ ਕੀ ਗਤ ਜਾਣੀਏ ਗੁਰ ਮਿਲਿਐ ਸ਼ੰਕ ਉਤਾਰ ਵੀ ਜੇ ਫਿਰ ਵੀ ਸ਼ੰਕਾ ਹੈ ਤਾਂ ਕੋਈ ਗੱਲ ਪੁੱਛ ਲਓ ਮਨ ਵਿੱਚ ਰਹਿ ਨਾ ਜਾਏ ਵੀ ਬਾਅਦ ਚ ਉੱਠ ਕੇ ਕਿਉਂ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਉਹਦੇ ਵੀ ਬਾਕੀ ਤਾਂ ਸਾਰਾ ਠੀਕ ਹੈ ਪਰ ਇੱਕ ਗੱਲ ਮੈਨੂੰ ਸਮਝ ਨਹੀਂ ਲੱਗੀ ਵੀ ਤੁਸੀਂ ਕਿਹਾ ਵੀ ਉਹ ਪਰਮਾਤਮਾ ਦਾ ਕੋਈ ਰੂਪ ਰੰਗ ਰੇਖ ਭੇਖ ਚੱਕਰ ਚੇਨ ਵਰਨ ਜਾਤ ਪਾਤ ਨਹੀਂ ਤੇ ਜਿਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ ਉਹਨੂੰ ਆਪਾਂ ਮਿਲ ਕਿਵੇਂ ਸਕਦੇ ਹਾਂ ਇਹ ਮੇਰਾ ਸਵਾਲ ਹੈ ਉਹ ਸਵਾਲ ਜਿਹੜਾ ਸੀ ਬਾਅਦ ਬਾਣੀ ਚ ਦਰਜ ਹੋ ਗਿਆ ਤੇ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਤਿਸ ਰੂਪ ਨ ਰੇਖ ਅਦ੍ਰਿਸ਼ ਕਹੋ ਜਨ ਕਿਉਂ ਤੇ ਆਈਐ ਭੀ ਜੇ ਤਾਂ ਕੋ ਰੂਪ ਨੀ ਰੰਗ ਨੀ ਅਦ੍ਰਿਸ਼ ਹੈ ਉਹਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਕਿਵੇਂ ਦੇਖਿਆ ਜਾ ਸਕਦਾ ਹੈ ਤੇ ਉਥੇ ਫਿਰ ਮਾਰੇ ਨੇ ਬਚਨ ਦੱਸਿਆ ਵੀ ਉਹਨੂੰ ਕਿਵੇਂ ਦੇਖ ਸਕਦੇ ਹਾਂ ਅਸੀਂ ਉਸਨੂੰ ਕਿਵੇਂ ਮਿਲ ਸਕਦੇ ਹਾਂ ਤੇ ਉਹ ਬਾਣੀ ਦੇ ਵਿੱਚ ਬਚਨ ਦਰਜ ਹੋ ਗਏ ਅਦ੍ਰਿਸ਼ ਅਗੋਚਰ ਪਕੜਿਆ ਗੁਰ ਸ਼ਬਦੀ ਸਤਿਗੁਰ ਕੈ ਬਲਹਾਰ ਨੇ ਉਹਦੇ ਜਿਹੜਾ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਹਨੂੰ ਅਸੀਂ ਸ਼ਬਦ ਦੁਆਰਾ ਪਕੜਨਾ ਹੈ ਅਸੀਂ ਸਿਮਰਨ ਕਰਦੇ ਕਰਦੇ ਨੌ ਦਰਾਂ ਤੋਂ ਜਦੋਂ ਮੁਕਤ ਹੋ ਜਾਾਂਗੇ ਇਹ ਜਿਹੜਾ ਮਨ ਇੱਥੇ ਸੁੰਨ ਵਿੱਚ ਆ ਜਾਏਗਾ ਸੁੰਨ ਚੋਂ ਜਦੋਂ ਨਾਦ ਪ੍ਰਗਟ ਹੋਏਗਾ ਸ਼ਬਦ ਪ੍ਰਗਟ ਹੋਏਗਾ ਉਸ ਸ਼ਬਦ ਵਿੱਚ ਸਮਾ ਕੇ ਤੇ ਅਸੀਂ ਅਗੰਮ ਦੇ ਵਿੱਚ ਉਸ ਨੂੰ ਦੇਖ ਸਕਦੇ ਹਾਂ ਉਹ ਅੰਗ ਸੰਗ ਹੈ ਸਾਡੇ ਤੇ ਉੱਥੇ ਜੋ ਮਾਰੇ ਨੇ ਦੱਸਿਆ ਉਹ ਬਾਣੀ ਵਿੱਚ ਆਪਣਾ ਮਾਰਗਦਰਸ਼ਨ ਕਰ ਰਹੇ ਨੇ ਤੇ ਸਮਝਾਉਂਦੇ ਨੇ ਕਿਸਾ ਆਪਾਂ ਉਹਨੂੰ ਮਲਾਪ ਕਰ ਸਕਦੇ ਹਾਂ ਜੋ ਹਰ ਵਕਤ ਸਾਡੇ ਅੰਗ ਸੰਗ ਹੈ ਸਾਡੇ ਕੋਲ ਹੈ ਸਾਡੇ ਨੇੜੇ ਹੈ ਕਿਵੇਂ ਉਸ ਨੂੰ ਦੇਖ ਸਕਦੇ ਹਾਂ ਤੇ ਮਾਰ ਕਹਿੰਦੇ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਸਭ ਤਾਂ ਹੈ ਸ਼ਬਦ ਦੁਆਰਾ ਉਹਨੂੰ ਦੇਖਿਆ ਜਾ ਸਕਦਾ ਹੈ ਤੇ ਉਸ ਸ਼ਬਦ ਤੱਕ ਪਹੁੰਚਣ ਵਾਸਤੇ ਗੁਰੂ ਦੇ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਉਸ ਸ਼ਬਦ ਤੱਕ ਪਹੁੰਚਣਾ ਜਿਹੜਾ ਸ਼ਬਦ ਆਪਣੇ ਅੰਦਰ ਗੁਪਤ ਹੈ ਸਾਰਿਆਂ ਦੇ ਤੇ ਮਾਰੇ ਕਹਿੰਦੇ ਨੇ ਜੀਆਂ ਅੰਦਰ ਜਿਉ ਸ਼ਬਦ ਹੈ ਜਿਤ ਸਹੋ ਮਿਲਾਵਾ ਹੋਏ ਬਿਨ ਸ਼ਬਦੇ ਜਗ ਹਨੇਰ ਹੈ ਸ਼ਬਦੇ ਪ੍ਰਗਟ ਹੋਏ ਦੱਸਿਆ ਵੀ ਉਹ ਸ਼ਬਦ ਸਾਡੇ ਅੰਦਰ ਚੱਲ ਰਿਹਾ ਹੈ ਤੇ ਕਿੱਥੇ ਚੱਲ ਰਿਹਾ ਹੈ ਉਹ ਬਾਣੀ ਵਿੱਚ ਖੋਲ ਕੇ ਖਲਾਸਾ ਕੀਤਾ ਹੋਇਆ ਚਾਰ ਯੁੱਗਾਂ ਤੋਂ ਜਿਸ ਸ਼ਬਦ ਨੂੰ ਗੁਪਤ ਰੱਖਿਆ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਉਹ ਸ਼ਬਦ ਕਿੱਥੇ ਚੱਲ ਰਿਹਾ ਹੈ ਸੁਨ ਸਮਾਦ ਅਨਹਦ ਤੈ ਨਾਦ ਕਹਿ ਨਾ ਜਾਏ ਅਚੱਜ ਬਿਸਮਾਦ ਸੁਨ ਦੇ ਵਿੱਚ ਜਿੱਥੇ ਪਾਉਣ ਪਾਣੀ ਤੇ ਬਸੰਤਰ ਇਹ ਤਿੰਨ ਗੁਣ ਜਿਹੜੇ ਨੇ ਖਤਮ ਹੋ ਜਾਂਦੇ ਨੇ ਉਸ ਤੋਂ ਉੱਪਰ ਸੁਨ ਸ਼ੁਰੂ ਹੁੰਦੀ ਹੈ ਤੇ ਸੁੰਨ ਦੇ ਵਿੱਚ ਲਗਾਤਾਰ ਉਹ ਸ਼ਬਦ ਚੱਲ ਰਿਹਾ ਹੈ। ਆਂਦੇ ਉਹ ਜਿਹੜਾ ਸ਼ਬਦ ਨੂੰ ਪਕੜੋਗੇ ਤੇ ਸ਼ਬਦ ਵਿੱਚ ਸਮਾਉਣ ਦੇ ਨਾਲ ਤੁਹਾਡਾ ਜਿਹੜਾ ਦਰ ਹੈ ਉਹ ਖੁੱਲ ਜੇਗਾ। ਤੇ ਜਦੋਂ ਦਰ ਖੁੱਲਿਆ ਤੇ ਤੁਸੀਂ ਅੰਦਰੋਂ ਉਹਦੇ ਦਰਸ਼ਨ ਕਰ ਸਕਦੇ ਹੋ। ਉਹਨੂੰ ਦੇਖ ਸਕਦੇ ਹੋ ਕਿ ਉਹਦਾ ਰੂਪ, ਰੰਗ, ਰੇਖ, ਪੇਖ, ਚੱਕਰ, ਚੇਨ, ਵਰਨ, ਜਾਤ, ਪਾਤ ਕੋਈ ਨਹੀਂ ਹੈ। ਤੇ ਐਸੀ ਜਦੋਂ ਕਿਰਪਾ ਕੀਤੀ ਗੁਰੂ ਨੇ ਉਹ ਦੱਸਿਆ ਤੇ ਫਿਰ ਉਹ ਬਚਨ ਹੋਇਆ ਵੀ ਭੂਲੇ ਜਿਹੜਾ ਮਾਰਗ ਸੀ ਉਹ ਗੁਰੂ ਨੇ ਮੈਨੂੰ ਦੱਸ ਦਿੱਤਾ ਹੈ ਜਿਸ ਮਾਰਗ ਦਾ ਪਤਾ ਹੀ ਨਹੀਂ ਸੀ ਲੱਗ ਰਿਹਾ ਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਗੁਰ ਮਿਲ ਭਵਜਲ ਲੰਘੀਏ ਦਰਗਾਹਾ ਪਤ ਪ੍ਰਵਾਣ ਨਾਨਕ ਤੇ ਮੁਖ ਉਜਲੇ ਧੁਨ ਉਜੇ ਸ਼ਬਦ ਨਿਸ਼ਾਨ ਜਿੱਥੋਂ ਉਹ ਸ਼ਬਦ ਪ੍ਰਗਟ ਹੋ ਗਿਆ ਉਥੋਂ ਫਿਰ ਰਸਤਾ ਸ਼ੁਰੂ ਹੋ ਜਾਂਦਾ ਹੈ ਉਹ ਗੁਰੂ ਦੇ ਕੋਲ ਫਿਰ ਕੁੰਜੀ ਹੈ ਹੋਰ ਕੋਈ ਨਹੀਂ ਦੇ ਦੇ ਸਕਦਾ ਸੰਸਾਰ ਦੇ ਵਿੱਚ ਬਹੁਤ ਸਾਰੇ ਗੁਰੂ ਨੇ ਇਸ ਕਰਕੇ ਮਾਰੇ ਨੇ ਪੂਰੇ ਗੁਰੂ ਦਾ ਪੇਡ ਦਿੱਤਾ ਹੋਇਆ ਹੈ ਤੇ ਨਿਸ਼ਾਨੀ ਦੱਸੀ ਹੋਈ ਹੈ ਸੋ ਗੁਰ ਕਰੋ ਜੇ ਸਾਚ ਦਰੜਾਵੇ ਅਕਥ ਕਥਾਵੇ ਸ਼ਬਦ ਬੁਲਾਵੇ ਤੇ ਪੂਰਾ ਗੁਰੂ ਜਿਹੜਾ ਹੈ ਉਹ ਇਸ ਸ਼ਬਦ ਨਾਲ ਮਿਲਾ ਸਕਦਾ ਹੈ ਤੇ ਗੁਰੂ ਦੇ ਕੋਲ ਕੁੰਜੀ ਹੈ ਗੁਰ ਕੁੰਜੀ ਪਾਹੋ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰਬਿਨ ਮਨ ਕਾ ਤਾਕ ਨ ਉਗੜੇ ਅਵਰਨ ਕੁੰਜੀ ਹੱਥ ਉਹ ਚਲਦੇ ਚਲਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਐਸੀ ਕਿਰਪਾ ਕੀਤੀ ਤੇ ਉਹ ਸਾਨੂੰ ਭੇਦ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਸ਼ਬਦ ਗੁਰੂ ਦੀ ਸ਼ਰਨ ਵਿੱਚ ਆ ਸਕਦੇ ਹਾਂ ਤੇ ਦੱਸਿਆ ਕਿ ਉਹ ਜਿਹੜਾ ਨਾਦ ਹੈ ਉਹ ਕਿੱਥੇ ਚੱਲ ਰਿਹਾ ਹੈ ਤੇ ਉਸ ਨਾਦ ਨਾਲ ਲਿਵ ਜੋੜ ਕੇ ਤੇ ਪਾਤਸ਼ਾਹ ਨੇ ਸਾਨੂੰ ਨਾਦੀ ਪੁੱਤਰ ਬਣਾਇਆ ਤੇ ਜਿੱਥੇ ਉਸ ਨਾਦ ਨਾਲ ਲਿਵ ਜੋੜੀ ਉਸ ਅਸਥਾਨ ਦਾ ਨਾਂ ਕੇਸਗੜ੍ਹ ਸਾਹਿਬ ਰੱਖਿਆ ਗਿਆ ਦੱਸਿਆ ਵੀ ਪੌਣ ਤੋਂ ਉੱਪਰ ਆਹ ਜਿਹੜਾ ਇਲਾਕਾ ਹੈ ਇਹਨੂੰ ਕਹਿੰਦੇ ਨੇ ਗੜ੍ਹ ਜਿੱਥੇ ਉਹ ਨਾਦ ਚੱਲ ਰਿਹਾ ਹੈ ਆਰਾਮ ਨਾਮ ਰਤਨਗੜ੍ਹ ਕੋਠੜੀ ਮੰਦਰ ਏਕੁ ਲੋਕਾਨੀ ਸਤਿਗੁਰ ਮਿਲੇ ਤਾ ਖੋਜੀਏ ਜੋਤੀ ਜੋਸ ਮਨ ਇਹ ਗੜ੍ਹ ਦੇ ਉੱਪਰ ਆਪਣੇ ਕੇਸ ਨੇ ਇਹ ਸਾਰੇ ਨੂੰ ਪਾਸ਼ਾ ਨੇ ਕੇਸਗੜ੍ਹ ਦਾ ਨਾਂ ਦਿੱਤਾ ਹੈ ਤੇ ਉਸ ਕੇਸ ਗੜ ਦੇ ਜਿੱਥੇ ਪਾਸ਼ਾ ਨੇ ਅਮਰ ਦੀ ਦਾਤ ਬਖਸ਼ਿਸ਼ ਕੀਤੀ ਤੇ ਕਿਹਾ ਅੱਜ ਤੋਂ ਤੁਸੀਂ ਮੇਰੇ ਨਾਦੀ ਪੁੱਤਰ ਹੋ ਤੇ ਸਾਨੂੰ ਉਸ ਨਾਦ ਨਾਲ ਜੋੜ ਦਿੱਤਾ ਤੇ ਸ਼ਬਦ ਵਿੱਚ ਸਮਾ ਕੇ ਦੱਸਿਆ ਕਿ ਕਿਸਾ ਤੁਸੀਂ ਆਨੰਦਪੁਰ ਦੇ ਵਿੱਚ ਪ੍ਰਵੇਸ਼ ਹੋਣਾ ਹੈ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਤੇ ਗੁਰੂ ਕਿਸਾ ਸਾਨੂੰ ਨਾਦ ਨਾਲ ਜੋੜਦਾ ਤੇ ਮਨ ਨੂੰ ਆਨੰਦ ਦੇ ਵਿੱਚ ਲੈ ਜਾਂਦਾ ਹੈ ਤੇ ਗੁਰੂ ਤੋਂ ਬਿਨਾ ਕਹਿੰਦੇ ਕੋਈ ਮਿਲਿਆ ਨਹੀਂ ਜਾ ਸਕਦਾ ਉਸ ਅਵਸਥਾ ਵਿੱਚ ਮਹਾਰਾਜ ਫਿਰ ਫਰਮਾਉਂਦੇ ਨੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਸਭ ਕਿਲਵੇ ਘਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਜਿਹੜਾ ਸ਼ਬਦ ਨਾਲੋਂ ਲਿਵ ਟੁੱਟੀ ਹੋਈ ਸੀ ਗੁਰੂ ਨੇ ਕਿਰਪਾ ਕਰਕੇ ਜੋੜ ਦਿੱਤੀ ਹੈ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਇਸ ਕਰਕੇ ਐਸੇ ਗੁਰੂ ਦੀ ਵਡਿਆਈ ਆਪਾਂ ਸਰਵਣ ਕਰ ਰਹੇ ਸੀ ਜਿਨ੍ਹਾਂ ਨੇ ਸਾਨੂੰ ਉਹ ਰਸਤੇ ਤੇ ਤੋਰਿਆ ਹੈ ਜਿਹੜੇ ਰਸਤੇ ਨੂੰ ਅਸੀਂ ਭੁੱਲੇ ਹੋਏ ਸੀ ਭਰਮ ਦੇ ਵਿੱਚ ਪਏ ਹੋਏ ਸੀ ਸੋ ਇਸ ਵਾਸਤੇ ਐਸੇ ਜਿਹੜੇ ਗੁਰਮਖ ਨੇ ਉਹ ਗੁਰੂ ਤੋਂ ਫਿਰ ਬਲਹਾਰ ਜਾਂਦੇ ਨੇ ਵਾਰਨੇ ਜਾਂਦੇ ਨੇ ਕਿ ਗੁਰੂ ਨੇ ਐਸੀ ਕਿਰਪਾ ਬਖਸ਼ਿਸ਼ ਕੀਤੀ ਹੈ ਆਓ ਹੁਣ ਆਪਾਂ ਵੀ ਸਾਰਿਆਂ ਨੇ ਕੋਸ਼ਿਸ਼ ਕਰਨੀ ਥੋੜਾ ਫਿਰ ਅਭਿਆਸ ਸਿੱਖਣਾ ਹੈ ਤਾਂ ਜੋ ਆਪਾਂ ਘਰ ਵਿੱਚ ਪਰਿਵਾਰ ਦੇ ਵਿੱਚ ਜਾ ਕੇ ਗੁਰੂ ਦੇ ਮੱਤ ਨੂੰ ਦ੍ਰਿੜ ਕਰਦੇ ਹੋਏ ਆਪਣੇ ਘਰ ਵਿੱਚ ਆਉਣਾ ਜਾਣਾ ਬਣਾਈਏ ਤੇ ਕਿਵੇਂ ਚੱਲਣਾ ਹੈ ਇਸ ਜੁਗਤੀ ਗੁਰੂ ਦੀ ਛਣ ਵਿੱਚ ਆ ਕੇ ਸਿੱਖਣੀ ਹੁੰਦੀ ਹੈ ਜੋਗ ਜੁਗਤ ਸੁਣ ਆਇਓ ਗੁਰਪੈ ਮੋਕੋ ਸਤਗੁਰ ਸ਼ਬਦ ਬਜਾਇਓ ਆਓ ਸਾਰੇ ਪਿਆਰ ਨਾਲ ਸਮਾਪਤੀ ਵੱਲ ਵਧਣਾ ਹੈ ਆਪਾਂ ਪਿਆਰ ਨਾਲ 2 ਮਿੰਟ ਆਪਸ ਸਿਮਰਨ ਕਰਨਾ ਹੈ ਇਹ ਸਿੱਖਣਾ ਹੈ ਕਿਉਂਕਿ ਸੰਗਤ ਇੱਕ ਸਕੂਲ ਹੈ ਤੇ ਬੱਚਾ ਜਦੋਂ ਸਕੂਲ ਤੋਂ ਵਾਪਸ ਆਉਂਦਾ ਹੈ ਨਾ ਤੇ ਮਾਂ ਪਿਓ ਉਸ ਨੂੰ ਪੁੱਛਦੇ ਨੇ ਅੱਜ ਕੀ ਪੜਾਇਆ ਗਿਆ ਉਹ ਦੱਸਦਾ ਹੈ ਇਸੇ ਤਰ੍ਹਾਂ ਜਦੋਂ ਆਪਾਂ ਘਰ ਜਾਵਾਂਗੇ ਘਰ ਵਾਲਿਆਂ ਪੁੱਛਣਾ ਸੰਗਤ ਵਿੱਚੋਂ ਆਏ ਹੋ ਉਹਨਾਂ ਕਹਿੰਦਾ ਕੀ ਸਿੱਖ ਕੇ ਆਏ ਹੋ ਤੇ ਆਪਾਂ ਕੀ ਦੱਸਾਂਗੇ ਅਸੀਂ ਦੱਸਣਾ ਹੈ ਉੱਥੇ ਜਾ ਕੇ ਜੋਗ ਜੁਗਤ ਸੁਣ ਆਇਓ ਗੁਰਪੈ ਮੋਕੋ ਸਤਗੁਰ ਸ਼ਬਦ ਬਜਾਇਓ ਗੁਰੂ ਨੇ ਮੈਨੂੰ ਜੁਗਤ ਦੱਸੀ ਹੈ ਜਿਹੜਾ ਸ਼ਬਦ ਅੰਦਰ ਚੱਲ ਰਿਹਾ ਉਹ ਸ਼ਬਦ ਨਾਲ ਕਿਵੇਂ ਜੁੜਨਾ ਉਹ ਮਾਰਗ ਮੈਨੂੰ ਗੁਰੂ ਨੇ ਦੱਸਿਆ ਹੈ ਉਹ ਭੁੱਲੇ ਮਾਰਗ ਗੁਰੂ ਬਤਾਇਆ ਗੁਰੂ ਨੇ ਮੈਨੂੰ ਉਹ ਰਸਤਾ ਦੱਸਿਆ ਹੈ ਗੁਰੂ ਨੇ ਮੈਨੂੰ ਭੇਦ ਦਿੱਤਾ ਹੈ ਐਸੇ ਮੈਂ ਵੜਪਾ ਗਈ ਹਾਂ ਮੈਂ ਗੁਰੂ ਦੀ ਛਣ ਵਿੱਚ ਆਇਆ ਤੇ ਜੇ ਆਪਾਂ ਜਾ ਕੇ ਉਹਨਾਂ ਵਰਗੀਆਂ ਗੱਲਾਂ ਕਰੀ ਗਏ ਤਾਂ ਉਹਨਾਂ ਕਹਣਾ ਘਰ ਦਾ ਹੀ ਕੰਮ ਕਰ ਲੈਂਦੇ ਚੰਗਾ ਸੇ ਦੋ ਘੰਟੇ ਲਾ ਕੇ ਆਏ ਕੋਈ ਗੱਲ ਤਾਂ ਸੁਣਾਓ ਘਾਰੇ ਬਹਿ ਜਾਂਦੇ ਕੋਈ ਐਸੀ ਬਸਤਾ ਦੇ ਵਿੱਚ ਸੋ ਆਓ ਥੋਕ ਮਿੰਟ ਆਪਸੇ ਮੰਨ ਕਰਕੇ ਪਿਆਰ ਨਾਲ ਨੇਤਰ ਬੰਦ ਰੱਖ ਲੋ ਫਿਰ ਆਪਾਂ ਸਾਰੇ ਜਣੇ ਕੋਸ਼ਿਸ਼ ਕਰਦੇ ਵਾ ਗੁਰੂ 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 ਵਾ ਗੁਰ 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 ਐਸਾ ਲਗਾਤਾਰ ਅਭਿਆਸ ਜਿਹੜਾ ਹੈ ਉਹ ਕਰਦੇ ਰਹਿਣਾ ਹੈ ਜਿਵੇਂ ਲਗਾਤਾਰ ਅਭਿਆਸ ਕਰਦੇ ਰਹਾਂਗੇ ਇਹਨੂੰ ਕਹਿੰਦੇ ਨੇ ਬੈਖਰੀ ਬਾਣੀ ਉੱਚੀ ਬੋਲਣਾ ਜਿਵੇਂ ਜਿਵੇਂ ਅਸੀਂ ਅੰਤਰਗਤ ਹੁੰਦੇ ਜਾਵਾਂਗੇ ਮਧਮਾ ਬਾਣੀ ਵਿੱਚ ਫਿਰ ਅੰਤਰਗਤ ਚਲੇਗੇ ਪਸੰਤੀ ਬਾਣੀ ਵਿੱਚ ਧਿਆਨ ਵਿੱਚ ਟਿਕਾ ਦੇਣਾ ਹੈ ਅੰਤਰਗਤ ਉੱਥੇ ਜਦੋਂ ਬੈਠੋਗੇ ਉੱਥੋਂ ਪਰਾ ਬਾਣੀ ਪ੍ਰਗਟ ਹੋ ਜਾਏਗੀ ਅਨਹਦ ਬਾਣੀ ਜਦੋਂ ਉਹ ਅਨਹਦ ਸ਼ਬਦ ਪ੍ਰਗਟ ਹੋ ਗਿਆ ਸਮਝੋ ਘਰ ਨੂੰ ਜਾਣ ਦਾ ਰਸਤਾ ਸ਼ੁਰੂ ਹੋ ਗਿਆ ਤੇ ਜਿਵੇਂ ਤੁਸੀਂ ਦੇਖਿਆ ਗੁਰਮਖੰਨੇ ਸਿਰ ਪਾਉ ਦੀ ਬਖਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਜਦੋਂ ਮਨ ਜਪਦਿਆਂ ਜਪਦਿਆਂ ਨੌ ਘਰਾਂ ਨੂੰ ਛੱਡਦਾ ਕੱਢਦਾ ਦਸਵੇਂ ਦਵਾਰ ਵਿੱਚ ਪ੍ਰਵੇਸ਼ ਹੁੰਦਾ ਹੈ ਤੇ ਉੱਥੇ ਪਰਮਾਤਮਾ ਇਸ ਤਰ੍ਹਾਂ ਸਿਰ ਪਾਉ ਦੇ ਕੇ ਨਿਵਾਜਦੇ ਨੇ ਤੇ ਜਿਸ ਨੂੰ ਨਿਵਾਜਦੇ ਨੇ ਉਹਨੂੰ ਗੁਰਮਖ ਥਾਪ ਦਿੰਦੇ ਨੇ ਤੇ ਮਾਰੇ ਫਰਮਾਉਂਦੇ ਨੇ ਉਹਦੀ ਕੀ ਅਵਸਥਾ ਹੁੰਦੀ ਹੈ ਬਾਣੀ ਚ ਫਰਮਾਉਂਦੇ ਨੇ ਜਿਸੇ ਨਵਾਜੇ ਗੁਰਮਖ ਸਾਜੇ ਨਾਮ ਵਸੇ ਤਿਸ ਅਨਹਦ ਵਾਜੇ ਤਿਸੇ ਹੀ ਸੁਖ ਤਿਸੇ ਹੀ ਠਕਰਾਈ ਤਿਸ ਨਾ ਆਵੇ ਜਮਨੇੜਾ ਹੈ ਜਦੋਂ ਉਹਦੇ ਅੰਦਰ ਅਨਹਦ ਸ਼ਬਦ ਵੱਜਣ ਲੱਗ ਪਏ ਫਿਰ ਜਮ ਪਾਸੇ ਹਟ ਜਾਂਦੇ ਨੇ ਉਹ ਨੇੜੇ ਨਹੀਂ ਆਉਂਦੇ ਤੇ ਜਦੋਂ ਨੇੜੇ ਨਹੀਂ ਆਉਂਦੇ ਮਾਲਕ ਉਹਨੂੰ ਘਰ ਵਿੱਚ ਬੁਲਾ ਲੈਂਦੇ ਨੇ ਤੇ ਜਦੋਂ ਇੱਕ ਵਾਰ ਘਰ ਵਿੱਚ ਬੁਲਾ ਲਏ ਤੇ ਗੁਰਮਖ ਦਾ ਆਉਣਾ ਜਾਣਾ ਬਣ ਜਾਂਦਾ ਹੈ ਤੇ ਗੁਰੂ ਦੇ ਰਾਈ ਜਦੋਂ ਆਉਣਾ ਜਾਣਾ ਬਣ ਗਿਆ ਉਹਨਾਂ ਦੀ ਇੱਛਾ ਤੇ ਹੋ ਜਾਂਦਾ ਹੈ ਜਦੋਂ ਮਰਜੀ ਪੌਣ ਵਿੱਚ ਆ ਕੇ ਮਿਲਦੇ ਨੇ ਨੌ ਦਰਾਂ ਚ ਆ ਜਾਂਦੇ ਨੇ ਜਦੋਂ ਪੌਣ ਨੂੰ ਛੱਡਦੇ ਤੇ ਸ਼ਬਦ ਨੂੰ ਪਕੜਦੇ ਨੇ ਆਪਣੇ ਘਰ ਚਲੇ ਜਾਂਦੇ ਨੇ ਉਨਾ ਬਾਰੇ ਫਿਰ ਮਹਾਰਾਜ ਫਰਮਾਉਂਦੇ ਨੇ ਗੁਰਮਖ ਜਾਏ ਮਿਲੇ ਨੇ ਜਮੈ ਲਈ ਅਨਹਦ ਸ਼ਬਦ ਵਜਾਵੇਗੋ ਜੀ ਜੰਤ ਸਭ ਸਿਸ਼ਟ અપਾਈ ਗੁਰਮਖ ਸੋਭਾ ਪਾਵੇਗੋ ਬੇਨ ਗੁਰ ਭੇਟੇ ਕੋ ਮਹਿਲ ਨਾ ਪਾਵੇ ਆਏ ਜਾਏ ਦੁੱਖ ਪਾਵੇਗੋ ਤੇ ਜਿਹੜੇ ਗੁਰੂ ਦੀ ਛਣ ਵਿੱਚ ਨਹੀਂ ਆਏ ਜਿਨ੍ਹਾਂ ਨੇ ਗੁਰੂ ਦੀ ਗੱਲ ਨਹੀਂ ਸੁਣੀ ਉਹ ਫਿਰ ਆਪਣੇ ਘਰ ਨੂੰ ਨਹੀਂ ਲੱਭਦੇ ਆਵਾ ਗਾਵਣ ਦੇ ਚੱਕਰ ਵਿੱਚ ਚਲੇ ਜਾਂਦੇ ਨੇ। ਜਿਸ ਵਾਸਤੇ ਆਪਾਂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਗੁਰੂ ਵਾਲੇ ਬਨਣਾ ਹੈ। ਗੁਰੂ ਦੇ ਜਿਹੜੇ ਮਤ ਹੈ ਉਹਦੇ ਅਨੁਸਾਰ ਟੱਲਣ ਦਾ ਯਤਨ ਕਰਨਾ ਹੈ। ਤੇ ਫਿਰ ਮਨ ਜਿਹੜਾ ਹੈ ਆਪਣੇ ਘਰ ਵਿੱਚ ਆਉਣਾ ਜਾਣਾ ਬਣਾ ਲੈਂਦਾ ਹੈ। ਤੇ ਜਿਹੜਾ ਗੁਰੂ ਵਾਲਾ ਬਣ ਗਿਆ ਉਹਦੀ ਨਿਸ਼ਾਨੀ ਮਾਰ ਕੇ ਕਹਿੰਦੇ ਨੇ ਪੰਜੇ ਸ਼ਬਦ ਵਜੇ ਮਤ ਗੁਰਮਤ। ਵੜਪਾ ਗਈ ਅਨਹਦ ਵਜਿਆ। ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ ਉਹਦੇ ਅੰਦਰ ਲਗਾਤਾਰ ਸ਼ਬਦ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਉਹ ਘਰ ਵਿੱਚ ਆਉਂਦਾ ਜਾਂਦਾ ਉਹ ਗੁਰੂ ਵਾਲੇ ਦੀ ਨਿਸ਼ਾਨੀ ਹੁੰਦੀ ਹੈ ਸੋ ਇਸ ਕਰਕੇ ਕੋਸ਼ਿਸ਼ ਕਰਨੀ ਗੁਰੂ ਦੀ ਮਤ ਲੈ ਕੇ ਗੁਰੂ ਦੇ ਅਨੁਸਾਰ ਆਪਾਂ ਜੀਵਨ ਬਤੀਤ ਕਰਨਾ ਹੈ ਇਹ ਤੁਹਾਡੇ ਸਾਰੇ ਦੇ ਚਰਨਾਂ ਵਿੱਚ ਬੇਨਤੀ ਹੈ ਕਿਉਂਕਿ ਜਦੋਂ ਆਪਾਂ ਜਾਣਾ ਸਾਰੇ ਨੇ ਦੇਖਣਾ ਪਰਿਵਾਰ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ ਹਾਂ ਤਜੇ ਤੋ ਆਪਾ ਗੁਰੂ ਵਾਲੇ ਹੋ ਕੇ ਜਾਣਾ ਗੁਰੂ ਦੀ ਸ਼ਰਨ ਵਿੱਚ ਜਾਣਾ ਹੈ ਤੇ ਮਾਰ ਕਹਿੰਦੇ ਨੇ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਸਾਡੇ ਮੱਖ ਵਿੱਚ ਉਹ ਇਹੋ ਜਿਹੇ ਸ਼ਬਦ ਨਹੀਂ ਨਿਕਲਣਾ ਚਾਹੀਦਾ ਜਿਹੜਾ ਕੋਈ ਕਵੇ ਉਹ ਵੇਖੋ ਕੀ ਕਰਦਾ ਹੈ ਇਸ ਕਰਕੇ ਗੁਰੂ ਨੂੰ ਫਿਰ लाज ਲੱਗਦੀ ਹੈ ਇਸ ਕਰਕੇ ਕੋਸ਼ਿਸ਼ ਕਰਨੀ ਹੈ ਗੁਰੂ ਦੇ ਮਤ ਅਨੁਸਾਰ ਆਪਣੇ ਆਪ ਨੂੰ ਢਾਲੀਏ ਗੁਰੂ ਵਾਲੇ ਬਣੀਏ ਗੁਰੂ ਦੇ ਮਤ ਅਨੁਸਾਰ ਜੀਵਨ ਬਤੀਤ ਕਰੀਏ ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਗੁਰਮੁਖ ਪਿਆਰਿਆਂ ਦਾ ਪ੍ਰਬੰਧਕ ਜਨਾਂ ਦਾ ਜਿਨ੍ਹਾਂ ਨੇ ਇਹ ਭਲਾ ਉਦਮ ਗੁਰੂ ਦੀ ਮੱਤ ਦੁਆਰਾ ਕਰਨਾ ਕੀਤਾ ਹੈ ਸਭ ਉਦਮ ਤੇ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸੋ ਇਹਨੇ ਵਿਚਾਰ ਕਰਦੇ ਹੋਇਆ ਅਗਰ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ